ਸਤਿ ਸ਼੍ਰੀ ਅਕਾਲ ਜੀ, ਨਿਊਜ਼ ਏਸ਼ੀਆ ਪੰਜਾਬੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਕੁਲਵੰਤ ਸਿੰਘ। ਸਿਹਤ ਮਾਮਲਿਆਂ ਨੂੰ ਲੈ ਕੇ ਮੈਂ ਔਰ ਰਵਿੰਦਰ ਸਿੰਘ ਜੀ ਇੱਕ ਵਾਰ ਫਿਰ ਇੱਕ ਨਵੀਂ ਵਿਚਾਰ ਚਰਚਾ ਦੇ ਨਾਲ ਤੁਹਾਡੇ ਰੂਬਰੂ ਹੋਏ ਹਾਂ। ਅੱਜ ਦੀ ਜਿਹੜੀ ਵਿਚਾਰ ਚਰਚਾ ਹੈ ਉਹ ਕਈਆਂ ਨੂੰ ਖੁਸ਼ ਕਰ ਜਾਏਗੀ ਤੇ ਕਈਆਂ ਦੇ ਮੂੰਹ ਬਣ ਜਾਣਗੇ, ਤੇ ਜੇਕਰ ਸਰਕਾਰ ਨੇ ਸੁਣ ਲਈ ਤਾਂ ਉਹਨਾਂ ਨੂੰ ਵੀ ਇਸ ਗੱਲ ਦੀ ਚਿੰਤਾ ਹੋਏਗੀ ਵੀ ਇਹ ਕੀ ਕਰਨ ਲੱਗ ਪਏ ਨੇ। ਰਵਿੰਦਰ ਸਿੰਘ ਜੀ, ਤੁਹਾਡਾ ਨਿਊਜ਼ ਏਸ਼ੀਆ ਪੰਜਾਬੀ ਤੇ ਬਹੁਤ ਬਹੁਤ ਸਵਾਗਤ ਹੈ। ਰਵਿੰਦਰ ਸਿੰਘ ਜੀ, ਸ਼ਰਾਬ ਬਹੁਤ ਜਿਹੜੀ ਆ ਉਹ ਦਿਨ ਬ ਦਿਨ ਮਹਿੰਗੀ ਵੀ ਹੁੰਦੀ ਜਾ ਰਹੀ ਹੈ ਤੇ ਲੋਕਾਂ ਦੇ ਹੱਡਾਂ ਚ ਵੀ ਵਸਦੀ ਜਾ ਰਹੀ ਹੈ। ਬਹੁਤ ਕਲੇਸ਼ ਪੈ ਰਹੇ ਨੇ ਇਹਦੇ ਕਾਰਨ, ਇੱਥੋਂ ਤੱਕ ਕਿ ਕਈਆਂ ਦੇ ਘਰਾਂ ਦੇ ਘਰ ਬਰਬਾਦ ਹੋ ਗਏ, ਸ਼ਰਾਬ ਜਿਹੜੀ ਆ ਉਹ ਖਾਲੀ ਕਰ ਗਈ ਕਈਆਂ ਦੇ ਘਰਾਂ ਦੇ ਘਰ ਤੇ ਕਈਆਂ ਦੀ ਜਾਨ ਲੈ ਗਈ ਤੇ ਲੰਘੇ ਦਿਨੀ ਜਿਹੜੀ ਆ ਉਹ ਮਹਿੰਗੀ ਹੋਣ ਕਰਕੇ ਸ਼ਰਾਬ ਜਿਹੜੀ ਆ ਲੋਕੀ ਨਕਲੀ ਜਾਂ ਦੂਜੇ ਚੱਕਰਾਂ ਚ ਵੀ ਪੈ ਗਏ ਤੇ ਉਹਦੇ ਕਰਕੇ ਜਿਹੜੀ ਆ ਲੋਕਾਂ ਦੀਆਂ ਬਹੁਤ ਸਾਰੇ ਲੋਕਾਂ ਦੀਆਂ ਜਾਨਾਂ ਵੀ ਗਈਆਂ ਤਰਨ ਤਰਨ ਦੇ ਇਧਰਲੇ ਸਾਈਡਾਂ ਦੇ ਵਿੱਚ ਤੇ ਜ਼ਹਿਰੀਲੀ ਸ਼ਰਾਬ ਕਾਰਨ। ਤੇ ਵੈਸੇ ਤਾਂ ਸਰਕਾਰਾਂ ਨੇ ਇਹਦੇ ਖਿਲਾਫ਼ ਬੜੇ ਸਖ਼ਤ ਕਾਨੂੰਨ ਬਣਾਏ ਹੋਏ ਨੇ, ਯਾਨੀ ਸਜ਼ਾਏ ਮੌਤ ਤੱਕ ਦਾ ਵੀ ਇਹਦਾ ਹੈਗਾ, ਇਹਦਾ ਜਿਹੜਾ ਇਹਦੀ ਵਿਵਸਥਾ ਹੈਗੀ ਹੈ ਕਾਨੂੰਨ ਦੇ ਵਿੱਚ, ਪਰ ਉੱਥੋਂ ਤੱਕ ਮੈਨੂੰ ਨਹੀਂ ਲੱਗਦਾ ਕੋਈ ਪਹੁੰਚੇ। ਲੰਘੇ ਦਿਨ ਕੁਛ ਇੱਕ ਦੋ ਸਜ਼ਾਵਾਂ ਹੋਈਆਂ ਵੀ ਨੇ ਬਿਹਾਰ ਵਾਲੀ ਸਾਈਡ ਦੇ ਉੱਤੇ, ਪਰ ਜੇਕਰ ਆਮ ਆਦਮੀ ਦੀ ਗੱਲ ਕਰੀਏ ਤਾਂ ਆਦਮੀ ਕਹਿੰਦੇ ਨੇ ਜੀ ਕੀ ਕਰੀਏ ਜੀ, ਇੰਨਾ ਕੁਛ ਹੋਣ ਦੇ ਬਾਵਜੂਦ ਵੀ ਉਹਨੂੰ ਕਹਿੰਦੇ ਵੀ ਛੱਡ ਦਿਓ, ਨਹੀਂ ਜੀ ਇਹ ਛੱਡੀ ਨਹੀਂ ਜਾਂਦੀ ਜੀ, ਹੱਡਾਂ 'ਚ ਵੱਜ, ਥੋੜ੍ਹਾ ਚਾਨਣਾ ਪਾਓਗੇ ਵੀ ਹੱਡਾਂ 'ਚ ਕਿਵੇਂ ਵੜ ਜਾਂਦੀ ਹੈ। ਸਰ, ਸ਼ਰਾਬ ਕਰਦੀ ਕੀ ਹੈ? ਜਦ ਇੱਕ ਬੰਦਾ ਪਹਿਲੀ ਵਾਰੀ ਸ਼ਰਾਬ ਪੀਂਦਾ, ਸ਼ਰਾਬ ਆਪਣੇ ਸਰੀਰ 'ਚ ਇੱਕ ਵਿਟਾਮਿਨ ਹੈ ਬੀ ਕੰਪਲੈਕਸ, ਉਹਦੇ 'ਚ ਜਿਹੜਾ ਸਭ ਤੋਂ ਪਹਿਲਾ ਕੰਪਲੈਕਸ ਬਣਾਉਂਦਾ ਇੱਕ ਜੋੜ, ਕਾਫੀ ਚੀਜ਼ਾਂ ਮਿਲ ਕੇ ਇੱਕ ਜੋੜ ਬਣਦਾ ਬੀ ਕੰਪਲੈਕਸ। ਉਸ 'ਚ ਪਹਿਲਾ ਵਿਟਾਮਿਨ ਹੈ B1 ਥਾਇਆਮਿਨ। ਤੁਸੀਂ ਥਾਇਆਮਿਨ ਦੀ ਗੋਲੀ ਲੈਣ ਜਾਓ ਕੈਮਿਸਟ ਤੋਂ, ਉਹਨੂੰ ਕਹਿੰਦੇ ਨਿਊਰੋਬਿਨ, ਨਿਊਰੋਬਿਓਨ, ਹੁਣ ਨਿਊਰੋ ਮਤਲਬ ਨਰਵ। ਬਿਲਕੁਲ, ਸ਼ਰਾਬ ਆਪਣੇ ਸਰੀਰ 'ਚ B1 ਜਿਹੜਾ ਨਰਵਸ ਸਿਸਟਮ ਦਾ ਵਿਟਾਮਿਨ ਹੈ ਉਹਦੀ ਜਗ੍ਹਾ ਤੇ ਘਰ ਕਰ ਲੈਂਦੀ ਹੈ। ਦੇਖੋ, ਸ਼ਰਾਬ ਪੀਂਦੀ ਆਪਾਂ ਨੂੰ ਕੀ ਲੱਗਦਾ, ਸਰੀਰ ਪਹਿਲੇ ਨੰਬਰ ਤੇ ਸਿਰ ਹੌਲਾ ਹੋ ਗਿਆ, ਕੀ ਹੋਇਆ ਮਤਲਬ ਆਪਣਾ ਕਨੈਕਸ਼ਨ ਟੁੱਟ ਗਿਆ ਨਰਵ ਦੇ ਨਾਲ। ਹੁਣ ਜਦੋਂ ਬੰਦਾ ਸ਼ਰਾਬ ਦਾ ਆਦੀ ਹੋ ਜਾਂਦਾ, ਉਹਦੀ B1 ਥਾਇਆਮਿਨ ਦੀ ਜਗ੍ਹਾ ਤੇ ਸ਼ਰਾਬ ਉਹਦੇ ਨਰਵਸ ਨੂੰ ਚਲਾ ਰਹੀ ਹੈ। ਦੇਖੋ, ਨਰਵ ਕਿਵੇਂ ਨੇ, ਮੈਨੇ ਆਪਣੇ ਹੱਥ ਨੂੰ ਇੱਕ ਕਮਾਂਡ ਦਿੱਤੀ ਉੱਪਰ ਜਾਣ ਲਈ, ਮੇਰੇ ਬ੍ਰੇਨ ਨੇ ਇੱਕ ਇਲੈਕਟ੍ਰਿਸਿਟੀ ਭੇਜੀ ਨਰਵਸ ਕਿ ਇਹਨੂੰ ਚੱਕਣਾ। ਹੁਣ ਇਹ ਸਾਰਾ ਕੰਮ ਕਿਹਦੇ ਨਾਲ ਹੁੰਦਾ, ਨਰਵਸ ਸਿਸਟਮ ਨਾਲ। ਹੁਣ ਨਰਵਸ ਸਿਸਟਮ ਦਾ ਵਿਟਾਮਿਨ ਹੈ B1, ਜੇ ਉਹ ਨਹੀਂ ਹੈ ਮੇਰਾ ਹੱਥ ਕੀ ਕਰੂਗਾ, ਜਾਂ ਚੱਕੇ ਨਹੀਂ ਜਾਊਗਾ ਜਾਂ ਉਹ ਕੰਬੂਗਾ। ਫਿਰ ਉਹ ਸ਼ਰਾਬੀ ਜਦੋਂ ਆਦੀ ਹੋ ਜਾਂਦਾ, ਮੈਂ ਤਾਂ B1 ਥਾਇਆਮਿਨ ਆਪਣਾ ਕੰਮ ਕਰ ਰਿਹਾ ਸੀ, ਹੁਣ ਉਹਦੀ ਜਗ੍ਹਾ ਤੇ ਇੱਕ ਚੀਜ਼ ਕੰਮ ਕਰਨ ਲੱਗ ਗਈ, ਉਹਦਾ ਨਾਮ ਕੀ ਹੈ, ਸ਼ਰਾਬ। ਉਹ ਹੱਡਾਂ 'ਚ ਨਹੀਂ ਵਸੀ, ਉਹ ਨਰਵਸ ਸਿਸਟਮ ਦੇ ਉੱਪਰ, ਜਿਵੇਂ ਕਹਿੰਦਾ ਕੋਈ ਚੀਜ਼ ਆਗੂ ਬਣ ਗਈ, ਉਹ ਕਮਾਂਡਰ ਹੈ। ਹੁਣ ਜਦੋਂ ਨਹੀਂ ਪੀਂਦੇ, ਦੇਖੋ ਹੁਣ ਲੋਕੀ ਕਹਿੰਦੇ ਮੈਂ ਤਾਂ ਸਿਰਫ ਸ਼ਾਮ ਨੂੰ ਪੀਂਦਾ, ਜਿਹੜੀ ਕੱਲ ਰਾਤ ਦੀ ਕੀਤੀ ਹੁੰਦੀ ਹੈ ਉਹ 8-10 ਘੰਟੇ ਤੋਂ ਜ਼ਿਆਦਾ ਅਸਰ ਰੱਖਦੀ ਹੈ, ਉਸ ਤੋਂ ਜ਼ਿਆਦਾ। ਸ਼ਾਮ ਤੱਕ, ਸ਼ਾਮ ਤੋਂ ਉਹ ਕਹਿੰਦੇ ਹੁੜਕ ਲੱਗਦੀ ਹੈ, ਉਹ ਹੁੜਕ ਨਹੀਂ ਹੈ, ਐਫੀਸ਼ੀਐਂਸੀ ਹੈ। ਐਫੀਸ਼ੀਐਂਸੀ ਮਤਲਬ ਇੱਕ ਚੀਜ਼ ਦੀ ਘਾਟ ਆ, ਉਹ ਹੁਣ ਘਾਟ ਹੋਊਗੀ ਤਾਂ ਜ਼ਬਾਨ ਥਰਥਰਾਏਗੀ, ਹੱਪ ਕੰਬਣਗੇ, ਤਾਂ ਉਹ ਹੱਡਾਂ 'ਚ ਨਹੀਂ ਵਸੀ, ਉਹ ਨਰਵਸ ਸਿਸਟਮ ਦੇ ਇੱਕ ਜਿਹੜਾ ਰੱਬ ਨੇ ਦਿੱਤੀ ਹੋਈ ਚੀਜ਼ ਦੀ ਜਗ੍ਹਾ ਤੇ ਆਪਾਂ ਨੇ ਇੱਕ ਹੋਰ ਚੀਜ਼ ਨੂੰ ਘਰ ਪਾ ਤਾ। ਹੁਣ ਉਹ ਘਰ ਨਹੀਂ ਪੂਰਾ ਹੋ ਰਿਹਾ ਤਾਂ ਬੰਦਾ ਤੰਗ ਹੁੰਦਾ ਜੀ। ਹਾਂਜੀ, ਠੀਕ ਆ। ਤੇ ਇਹ ਦੱਸੋ ਕਿ ਸ਼ਰਾਬ ਜਿਹੜੀ ਹੈ ਉਹ ਮਤਲਬ ਇੱਕ ਤਾਂ ਹੈਗੀ ਤੁਹਾਡਾ ਨਰਵਸ ਸਿਸਟਮ ਜਿਹੜਾ ਉਹ ਉਹਨੂੰ ਖਰਾਬ ਕਰ ਦਿੰਦੀ ਹੈ, ਲੀਵਰ ਦੇ ਉੱਤੇ ਵੀ ਬੜਾ ਵੱਡਾ ਅਸਰ ਪਾਉਂਦੀ ਹੈ, ਕਿਉਂਕਿ ਸਿੱਧੀ ਦੀ ਸਿੱਧੀ ਜਿਹੜੀ ਹੈ ਇਹਨੂੰ ਰੋਕਣ ਵਾਲਾ ਕੋਈ ਨਹੀਂ ਹੁੰਦਾ, ਡਾਇਰੈਕਟ ਖੂਨ 'ਚ ਜਾਂਦੀ ਹੈ ਤੇ ਸਿੱਧਾ ਸਿੱਧਾ ਜਿਹੜਾ ਅਸਰ ਹੈ, ਕਿਉਂਕਿ ਪਹਿਲਾ ਬੈਰੀਅਰ ਇਹਦਾ ਜਿਹੜਾ ਉਹ ਖੂਨ ਦੇ ਵਿੱਚ ਜਾ ਕੇ ਲੀਵਰ ਦੇ ਵਿੱਚ ਜਾ ਕੇ ਲੱਗਦਾ, ਕਿਉਂਕਿ ਹੋਰ ਕੋਈ ਰੋਕਣ ਵਾਲਾ ਨਹੀਂ ਹੁੰਦਾ ਇਹਨੂੰ, ਨਾ ਗਲਾ ਨਾ ਹੋਰ ਕਿਸੇ ਕਿਸੇ ਪਾਸੇ ਨੂੰ ਰੁਕਦੀ, ਇਹ ਸਿੱਧੀ ਸਿੱਧੀ ਲੀਵਰ 'ਚ ਜਾਂਦੀ ਤੇ ਲੀਵਰ ਦਾ ਬੈਰੀਅਰ ਜਿਹੜਾ ਪਹਿਲਾਂ ਹੁੰਦਾ ਹੈ ਤੇ ਲੀਵਰ ਜਿਹੜਾ ਉਹ ਫਿਰ ਇਹਦੇ ਨਾਲ ਲੜਾਈ ਕਰਦਾ ਤੇ ਉਹਦੇ ਨਾਲ ਜਿਹੜਾ ਲੀਵਰ ਜਿਹੜਾ ਆਪਣਾ ਇਹਨਾਂ ਦੇ ਡੈਮੇਜ ਹੋਣ ਲੱਗਦਾ। ਥੋੜ੍ਹਾ ਜਿਹਾ ਉੱਧਰੋਂ ਚਾਲਣਾ ਪਾਊਂਗਾ। ਹਾਂਜੀ, ਦੇਖੋ ਜੇ ਕੋਈ ਵੀ ਬੰਦਾ ਨੈਚੁਰਲ ਸਾਇੰਸਿਸ ਜਾਣਦਾ, ਆਪਣੀ ਆਯੁਰਵੇਦ ਚਾਈਨੀਜ਼ ਮੈਡੀਸਿਨ ਜਿਹਨੂੰ ਸਹੀ ਤਰੀਕੇ ਨਾਲ ਨੌਲੇਜ ਹੈ, ਉਹ ਪਹਿਲੇ ਨੰਬਰ ਤੇ ਕਹਿੰਦਾ ਲਿਵਰ ਠੀਕ ਕਰ ਲਓ। ਕਦੇ ਵੀ ਤੰਦਰੁਸਤ ਹੋਣਾ ਮੈਦਾ ਮਜ਼ਬੂਤ ਹੋਣਾ ਚਾਹੀਦਾ। ਹੁਣ ਜਿਹੜੀ ਚੀਜ਼ ਮੈਦੇ ਨੂੰ ਮਾਰੇ ਜਾਂ ਖਰਾਬ ਕਰੇ ਉਹ ਕਿਹਦੀ ਦੋਸਤ ਹੈ? ਉਹ ਕਿਸੇ ਦੋਸਤ ਨਹੀਂ। ਹੁਣ ਸਮਝੋ ਕਰਦਾ ਕੀ ਹੈ, ਆਪਣੇ ਸਰੀਰ 'ਚ ਪੂਰੇ ਸੱਜੇ ਪਾਸੇ ਫੁੱਟਬਾਲ ਦੇ ਸਾਈਜ਼ ਜਿੰਨਾ 3.5 pounds ਦਾ ਲਿਵਰ ਹੈ। ਇਹ ਹਾਰਮੋਨ ਵੀ ਬਣਾਉਂਦਾ, ਇਹ ਇਮਿਊਨ ਸਿਸਟਮ ਦਾ ਕੰਮ ਕਰਦਾ, ਇਹਦਾ ਇੱਕ ਕੰਮ ਹੈ ਸਰੀਰ 'ਚ ਜ਼ਹਿਰ ਨੂੰ ਕੱਢਣਾ। ਸ਼ਰਾਬ ਇਹਨੂੰ ਖਰਾਬ ਕਿਉਂ ਕਰਦੀ ਹੈ? ਜਦੋਂ ਉਸ ਖੂਨ 'ਚ ਜ਼ਹਿਰ ਗਈ, ਇਹ ਦੇਖਦਾ ਇਸ ਵਕਤ ਬੰਦਾ ਮਰਨ ਦੇ ਚਾਂਸ ਨਹੀਂ,
ਤਾਂ ਸਭ ਤੋਂ ਪਹਿਲਾਂ ਕੰਮ ਕੀ ਕਰਨਾ, ਬਾਕੀ ਸਭ ਕੁਛ ਛੱਡ ਕੇ ਆਪਾਂ ਨੇ ਉਹਨੂੰ ਠੀਕ ਕਰਨਾ, ਜ਼ਹਿਰ ਪ੍ਰੋਸੈਸ ਕਰਨੀ ਹੈ। ਪਰ ਇਹ 600 ਤੋਂ ਜ਼ਿਆਦਾ ਫੰਕਸ਼ਨ ਕਰਦਾ ਲੇਵਰ, ਮਗਰ ਸ਼ਰਾਬ ਦਾ 30 ml ਦਾ ਪੈਗ ਲਾਉਣ ਤੋਂ ਬਾਅਦ ਇਹ ਉਹਦੇ ਚੋਂ 70% ਕੰਮ ਬੰਦ ਕਰਕੇ ਸਾਰੀ ਜਾਨ ਕਿੱਥੇ ਲਾ ਦਿੰਦਾ, ਬਲੱਡ ਪਿਊਰੀਫਾਈ ਕਰਨ ਨੂੰ। ਤੇ ਇਹਨੂੰ 30 ml ਨੂੰ ਪ੍ਰੋਸੈਸ ਕਰਨ ਨੂੰ 3 ਦਿਨ 72 ਘੰਟੇ ਲੱਗਦੇ ਨੇ। ਇਮੈਜਿਨ ਕਰੋ ਇੱਕ ਬੰਦਾ ਡੇਲੀ ਪੀ ਰਿਹਾ, ਉਹਦਾ ਲਿਵਰ ਕਦੇ ਵਿਹਲਾ ਹੀ ਨੀ ਬੈਠਿਆ। ਹੁਣ ਤੁਹਾਨੂੰ ਅੱਜ ਪੈਗ ਲਾਇਆ, 3 ਦਿਨ 30 ml ਨੂੰ ਪ੍ਰੋਸੈਸ ਕਰਨ ਲਈ 3 ਦਿਨ ਲੱਗ ਜਾਂਦੇ ਇਹਨੂੰ। ਤੇ ਜਿੰਨਾ ਲਿਵਰ ਪੈਗ ਕਿੰਨੇ ਐਮ ਐਲ ਦਾ ਹੁੰਦਾ, ਮੈਂ ਪੀਂਦਾ ਨਹੀਂ ਤਾਂ ਮੈਨੂੰ ਤਾਂ ਤਾਂ ਤੁਹਾਨੂੰ ਪੁੱਛਿਆ। ਜਿਹੜਾ ਪੰਜਾਬ ਚ ਆਪਣੇ ਪੈਗ ਹੈ ਉਹ 60 ਤੋਂ 90 ਸ਼ੁਰੂ ਹੁੰਦਾ, ਇਸ ਤੋਂ ਆਪਣੇ ਰਾਜਾ ਭੁਪਿੰਦਰ ਸਿੰਘ ਦਾ ਹਾਕਾ ਸੀਗਾ। ਠੀਕ ਹੈ, ਹਾਂਜੀ, ਉਹਦੇ ਉੱਪਰ ਗੱਲ ਕਰਾਂਗੇ ਆਪਾਂ। ਮਗਰ 30 ml ਨੂੰ ਪ੍ਰੋਸੈਸ ਕਰਨ ਲਈ 3 ਦਿਨ ਚਾਹੀਦੇ ਨੇ। ਹੁਣ ਸੋਚੋ ਤੁਸੀਂ ਲਿਵਰ ਨੇ ਪਾਚਨ ਸ਼ਕਤੀ, ਇਮਿਊਨ ਸਿਸਟਮ, ਬਲੱਡ ਪਿਊਰੀਫਿਕੇਸ਼ਨ, ਟੈਸਟੋਸਟਰੋਨ ਜਿਹੜਾ ਮੇਲ ਹਾਰਮੋਨ ਹੈ, ਕੁੜੀਆਂ ਚ ਫੀਮੇਲ ਹਾਰਮੋਨ ਨੂੰ ਐਸਟ੍ਰੋਜਨ ਨੂੰ ਰੈਗੂਲੇਟ ਕਰਨਾ, ਹਿਊਮਨ ਗਰੋਥ ਹਾਰਮੋਨ ਜਿਹੜਾ ਸਕਿਨ ਬਣਾਉਂਦਾ, ਵਿਟਾਮਿਨ ਏ ਤੇ ਡੀ, ਪ੍ਰੋਟੀਨ ਜਿਹੜਾ ਕਿ ਵਾਲ ਤੇ ਨਹੁੰ ਬਣਾਉਂਦਾ, ਇਹ ਸਭ ਦਾ ਕੰਮ ਕਰਨਾ ਛੱਡਤਾ। ਅਸੀਂ ਤਾਂ ਫਿਰ ਦੇਖਿਆ ਨੀ ਕੀ ਕਰਦੇ ਨੇ। ਮੈਂ ਤੁਹਾਨੂੰ ਕਹਿੰਦਾ ਬੰਦਾ ਜਿਹੜਾ ਫੋਨ ਹੈ ਨੀ ਚੱਕੇ, ਐਂ ਗੱਲ ਐਂ ਦੇਖਦੇ ਨੇ ਫੋਨ ਨੂੰ ਚੱਕ ਕੇ ਦੂਰ ਨੂੰ ਕਰਕੇ, ਉਹਨਾਂ ਦੀ ਨਿਗਾਹ ਗਈ। ਕਿਉਂ ਗਈ ਨਿਗਾਹ ਜੀ? ਵਿਟਾਮਿਨ ਏ ਤੇ ਡੀ ਟੁੱਟ ਗਿਆ। ਤੁਸੀਂ ਦੇਖੇ ਸ਼ਰਾਬੀ ਦੇ ਜਾਂ ਤਾਂ ਉਰੋਗੰਜ ਪੈਣੀ ਸ਼ੁਰੂ ਹੋ ਗਈ ਜਾਂ ਉਰੋਗੰਜ ਪੈਣੀ ਸ਼ੁਰੂ ਹੋ ਜੂਗੀ। ਆਪਣੇ ਨੀਚੇ ਦਿਖਦਾ ਹੀ ਨੀ, ਉਹ ਕਿਉਂ ਹੈ? ਪ੍ਰੋਟੀਨ ਟੁੱਟਣ ਲੱਗ ਗਿਆ, ਮੇਲ ਪੈਟਰਨ ਬੋਲਡਨੈਸ ਕਹਿੰਦੇ ਉਹਨੂੰ, ਗੋਲ ਜਿਹਾ ਮੂੰਹ ਹੋ ਜੂਗਾ। ਇਹ ਸਾਰੇ ਫੈਟੀ ਲਿਵਰ ਦੀ ਨਿਸ਼ਾਨੀਆਂ ਨੇ। ਸਵੇਰੇ ਸਵੇਰੇ ਅਮੀ ਸੁਰਖ ਔਰੰਜ ਟੋਇਲਟ ਪਿਸ਼ਾਬ ਜਿਹਨੂੰ ਕਹਿੰਦੇ ਆਪਾਂ, ਹੋਇਆ ਕਿ ਲਿਵਰ ਦਾ ਕੰਮ ਸੀ ਸਾਫ਼ ਕਰਨਾ। ਉਹਨੇ ਤਾਂ ਆਪਣਾ ਕੰਮ ਕਰਿਆ, ਮਗਰ ਉਹਦੇ ਵੀਡੀਓ ਚ ਕਿਹਾ ਸੀ ਹਰ ਇੱਕ ਚੀਜ਼ ਦੀ ਇੱਕ ਮਿਆਦ ਹੁੰਦੀ ਹੈ। ਉਹ ਲਿਵਰ ਓਨਾ ਕੰਮ ਕਰਦਾ ਜਿੰਨਾ ਕੁ ਬਣਿਆ ਹੋਇਆ। ਉਹ ਤੁਸੀਂ ਉਸ ਤੋਂ 6 ਮਹੀਨੇ ਚ ਲੈ ਲਓ, ਚਾਹੇ 100 ਸਾਲ ਲੈ ਲਓ। ਅੱਜ ਕੱਲ੍ਹ ਲੋਕ 30-35 ਸਾਲ ਚ ਲਿਵਰ ਤੋਂ ਟੋਟਲ ਕੰਮ ਲੈ ਲੈਂਦੇ ਹਨ। ਲਿਵਰ ਡੈਮੇਜ ਐਵੇਂ ਹੁੰਦੀ ਹੈ। ਅੱਛਾ, ਚਲੋ, ਇਹ ਤਾਂ ਹੋ ਗਿਆ ਲੀਵਰ ਤੇ ਅਸਰ ਇਹਨੇ ਕਿਵੇਂ ਪਾਇਆ। ਬੋਡੀ ਦੇ ਹੋਰ ਵੀ ਅੰਗਾਂ ਦੇ ਉੱਤੇ ਇਹ ਅਸਰ ਪਾ ਰਹੀ ਹੈ, ਜਿਸ ਤਰ੍ਹਾਂ ਜਿਹੜਾ ਜਿਹੜੀ ਬ੍ਰੇਨ ਦੇ ਉੱਤੇ, ਜਾਂ ਫਿਰ ਤੁਸੀਂ ਜਿਸ ਤਰ੍ਹਾਂ ਕਿਹਾ ਟੈਸਟੋਸਟੇਰੋਨ ਹਾਰਮੋਨ ਹੈ ਮਰਦਾਨਗੀ ਦੇ ਉੱਤੇ, ਜਾਂ ਫਿਰ ਬੋਡੀ ਦੇ ਅੰਦਰ ਕਿਡਨੀ, ਹਾਰਟ, ਇਹਨਾਂ ਦੇ ਉੱਤੇ ਵੀ ਅਸਰ ਪੈਂਦਾ। ਦੇਖੋ, ਇਹ ਬਣੀਆਂ ਕਿਸ ਚੀਜ਼ ਤੋਂ? ਸ਼ਰਾਬ ਸਿਰਫ ਇੱਕ ਚੀਜ਼ ਤੋਂ ਬਣਦੀ ਹੈ, ਚੀਨੀ ਤੋਂ। ਜਿਹੜੀ ਵੀ ਚੀਜ਼ ਕਾਰਬੋਹਾਈਡਰੇਟ ਜਾਂ ਚੀਨੀ, ਉਸ ਤੋਂ ਸ਼ਰਾਬ ਬਣਦੀ ਹੈ। ਹੁਣ ਚੀਨੀ ਪਹਿਲੇ ਨੰਬਰ ਤੇ ਕਿਸ ਕਿਸ ਚੀਜ਼ ਨੂੰ ਮਾਰਦੀ ਹੈ? ਨਰਵਸ ਸਿਸਟਮ ਨੂੰ, ਦੂਜੇ ਨੰਬਰ ਤੇ ਅੱਖਾਂ ਨੂੰ, ਤੀਜੇ ਨੰਬਰ ਤੇ ਕਿਡਨੀ ਨੂੰ। ਕਦੇ ਵੀ ਤੁਸੀਂ ਦੇਖਿਓ ਡਾਇਬਿਟਿਕ ਪੇਸ਼ੈਂਟ ਮਰਦਾ ਕਿਵੇਂ ਹੈ? ਡਾਇਲਿਸਿਸ ਤੇ ਮਰਦਾ ਉਹਨੂੰ। ਉਸ ਤੋਂ ਪਹਿਲਾਂ ਕਿਆ ਹੁੰਦਾ? ਉਹਨੂੰ ਆਈਜ਼ ਦੀ ਪ੍ਰੋਬਲਮ ਆਉਣੀ ਸ਼ੁਰੂ ਹੁੰਦੀ ਹੈ, ਉਸ ਤੋਂ ਪਹਿਲਾਂ ਉਹਨੂੰ ਲਿਵਰ ਡੈਮੇਜ ਹੋਣਾ ਸ਼ੁਰੂ ਹੁੰਦਾ। ਇਹ 3 ਦਿੱਕਤਾਂ ਡਾਇਬਿਟਿਕ ਨੂੰ ਆਉਂਦੀਆਂ ਨੇ। ਡਾਇਬਿਟਿਕ ਕਿਉਂ ਹੁੰਦਾ ਬੰਦਾ? ਉਹਦੀ ਬਲੱਡ ਸ਼ੂਗਰ ਬਹੁਤ ਹਾਈ ਹੈ। ਹੁਣ ਸ਼ਰਾਬ ਕਿਸ ਤੋਂ ਬਣੀ ਹੈ? ਸ਼ੂਗਰ ਤੋਂ, ਫਰਮੈਂਟਿਡ ਸ਼ੂਗਰ ਹੈ। ਫਰਮੈਂਟੇਸ਼ਨ ਪ੍ਰੋਸੈਸ ਹੁੰਦਾ, ਜਿਵੇਂ ਆਪਾਂ ਕਹਿੰਦੇ ਖਮੀਰ ਨਾ ਕਿਸ ਚੀਜ਼ ਨੂੰ। ਹੁਣ ਇਹ ਸ਼ਰਾਬ ਜਦੋਂ ਆਪਣੀ ਬੋਡੀ ਜਾਂਦੀ ਹੈ, ਦੇਖੋ ਜਿੱਥੇ ਇੱਥੇ ਖੂਨ ਘੁੰਮ ਗਿਆ ਉੱਥੇ ਉੱਥੇ ਸ਼ਰਾਬ ਚਲੀ ਗਈ। ਅਸੀਂ ਪੀਂਦੇ ਹਾਂ, ਸਭ ਤੋਂ ਪਹਿਲਾਂ ਸਿਰ ਘੁੰਮਦਾ। ਹੁਣ ਜਦ ਉਹਨੇ ਨਰਵਸ ਸਿਸਟਮ ਤੇ ਅਟੈਕ ਕਰਿਆ, ਫਿਰ ਨੇ ਆਪਣੇ ਆਪ ਨੂੰ ਡਿਸਕਨੈਕਟ ਕਰ ਲਿਆ। ਇੱਕ ਚੀਜ਼ ਸਮਝਾਉਂਦਾ ਮੈਂ, ਹਰ ਵਾਰੀ ਕਹਿੰਦਾ, ਇੱਕ ਬੰਦਾ ਜੇਲ੍ਹ 'ਚ ਹੈ, ਉਹਨੂੰ ਪਤਾ ਕਿ ਉਹ ਜੇਲ੍ਹ 'ਚ ਹੈ। ਇੱਕ ਬੰਦਾ ਜੇਲ੍ਹ 'ਚ, ਉਹਨੂੰ ਇਹ ਵੀ ਨੀ ਪਤਾ ਉਹ ਜੇਲ੍ਹ 'ਚ ਹੈ। ਕਿਹੜਾ ਮਾੜੇ ਲੱਛਣਾਂ ਵਾਲਾ ਦਾ ਬੰਦਾ ਦੱਸੋ, ਜਿਹਨੂੰ ਇਹ ਵੀ ਨੀ ਪਤਾ ਵੀ ਮੈਂ ਜੇਲ੍ਹ 'ਚ ਹਾਂ। ਹਾਂ, ਉਹਨੂੰ ਇਹ ਵੀ ਨੀ ਪਤਾ, ਸ਼ਰਾਬੀ ਇਹੋ ਜਿਹੀ ਕੈਦ 'ਚ ਹੈ, ਉਹਨੂੰ ਇਹ ਵੀ ਨੀ ਪਤਾ ਉਹ ਕੈਦ 'ਚ ਹੈ। ਦੁਨੀਆਂ ਦਾ ਸਭ ਤੋਂ ਖਤਰਨਾਕ ਟਰੈਪ ਕਹਿੰਦੇ ਉਹਨੂੰ। ਜਿਹਨੂੰ ਇਹ ਵੀ ਨੀ ਪਤਾ ਕਿ ਉਹ ਟਰੈਪ 'ਚ ਹੈ। ਪਹਿਲੇ ਨੰਬਰ 'ਤੇ ਲੋਕੀ ਕਹਿੰਦੇ ਸ਼ਰਾਬ ਨਸ਼ਾ ਨਹੀਂ ਹੈ, ਪਰ ਸਭ ਤੋਂ ਖਤਰਨਾਕ ਨਸ਼ਾ ਉਹ ਹੈ ਜਿਹਨੂੰ ਲੋਕੀ ਨਸ਼ਾ ਹੀ ਨਾ ਸੋਚਣ। ਸਮਝੋ ਤੁਸੀਂ, ਦੁਸ਼ਮਣ ਦਾ ਪਤਾ, ਉਹ ਤਾਂ ਦੁਸ਼ਮਣ ਦਾ ਪਤਾ ਹੋਵੇ ਤਾਂ ਉਹਨੂੰ ਤਾਂ ਮਾਰ ਸਕਦਾ, ਤੇ ਇੱਥੇ ਤਾਂ ਦੁਸ਼ਮਣ ਦਾ ਪਤਾ ਹੀ ਨਹੀਂ ਹੈਗਾ। ਹਰ ਇੱਕ ਵੀਡੀਓ 'ਚ ਕਹਿੰਦਾ ਲੜਾਈ ਜਿੱਤਣ ਤੋਂ ਪਹਿਲਾਂ ਦੁਸ਼ਮਣ ਦਾ ਪਤਾ ਹੋਣਾ ਜ਼ਰੂਰੀ ਹੈ, ਤਾਂ ਹੀ ਪਤਾ ਗੋਲੀ ਇੱਧਰ ਚਲਾਉਣੀ ਹੈ ਕਿ ਇੱਧਰ ਚਲਾਉਣੀ ਹੈ। ਬਿਲਕੁਲ, ਦੇਖੋ ਸ਼ਰਾਬ ਡਰੱਗ ਹੈ, ਡਰੱਗ ਦੀ 3 ਸਟੇਜਾਂ ਨੇ, ਜਿਵੇਂ ਪਿਛਲੀ ਵੀਡੀਓ 'ਚ ਗੱਲ ਕਰੀ ਸੀ। ਪਹਿਲੇ ਨੰਬਰ 'ਤੇ ਉਹ ਸਟਿਮੂਲੈਂਟ ਹੈ, ਥੋੜਾ ਜਿਹਾ ਅਵੇਕ ਕਰਦੀ ਹੈ। ਦੂਜੇ ਨੰਬਰ 'ਤੇ ਉਹ ਸੈਡੇਟਿਵ ਹੈ, ਉਹ ਅੱਖਾਂ ਬੰਦ ਕਰਾਉਂਦੀ ਹੈ। ਤੀਜੇ ਨੰਬਰ 'ਤੇ ਉਹ ਪੋਇਜ਼ਨ ਹੈ, ਜਾਂ ਬੰਦਾ ਜਿਵੇਂ ਆਹ ਹੋਮਿਓਪੈਥੀ ਦੀ ਦਵਾਈ ਹੈ, 5-10 ml ਲੈਂਦਾ, ਉਹਨੂੰ ਐਕਟਿਵ ਕਰਦੀ ਹੈ। 4 ਪੈਗ ਲਾ ਕੇ ਉਹ ਕਹਿੰਦਾ ਮੈਨੂੰ ਹੁਣ ਸੌ ਲੈਣ ਦਿਓ, ਨਸ਼ਾ ਜ਼ਿਆਦਾ ਹੋਣ ਲੱਗਿਆ, ਗੱਡੀ ਰੋਡ ਤੋਂ ਉੱਤਰ ਜਾਂਦੀ ਹੈ। ਜੇ ਬੋਤਲ ਪੀ ਜਾਂਦਾ ਉਹ ਕੋਮਾ 'ਚ ਚਲਾ ਜਾਂਦਾ ਤੇ ਉਹ ਮਰ ਜਾਂਦਾ। ਤਾਂ ਕੋਈ ਵੀ ਚੀਜ਼ ਜਿਹੜੀ ਆ 3 ਚੀਜ਼ਾਂ ਕਰਦੀ ਹੈ, ਪਹਿਲੇ ਨੰਬਰ 'ਤੇ ਸਟਿਮੂਲੈਂਟ, ਦੂਜੇ ਨੰਬਰ 'ਤੇ ਸੈਡੇਟਿਵ ਡੋਜ਼ੇਜ ਵਧਾ ਕੇ, ਤੀਜੇ ਨੰਬਰ 'ਤੇ ਪੋਇਜ਼ਨ, ਉਹ ਡਰੱਗ ਹੈ।
ਪਰ ਗੱਲ ਇਹ ਹੈ ਕਿ ਪੰਜਾਬੀ ਆਪਣੇ ਬਹੁਤ ਸਾਰੇ ਐਸੇ ਵੀ ਟੀਟ ਨੇ ਜਿਹੜੇ ਬੋਤਲ ਤੋਂ ਵੀ ਵੱਧ ਪੀ ਜਾਂਦੇ ਨੇ, ਉਹਨਾਂ ਦਾ ਕੀ ਕਹੋਗੇ ਤੁਸੀਂ? ਪਰ ਦੇਖੋ ਉਹੀ ਨਾ ਟ੍ਰੈਪ ਦੇ ਵਿੱਚ ਇੰਨਾ ਕੁ ਗਿੱਜ ਗਏ ਨੇ ਉਹ ਕਹਿੰਦੇ ਨੇ ਕਿ ਉਹ ਤਾਂ ਉਹਨਾਂ ਨੇ ਤਾਂ ਜਿਹੜਾ ਡੋਰਮੈਨ ਕਹਿੰਦੇ ਨੇ ਇੱਕ ਜੇਲ ਦੇ ਵਿੱਚ ਬੈਠੇ ਸੀ ਉਹ ਜਿਹੜਾ ਉਹਨਾਂ ਨੂੰ ਅੰਦਰ ਤਾੜੀ ਬੈਠਾ ਉਹਦੇ ਨਾਲ ਦੋਸਤੀ ਕਰ ਲਈ. ਆਪਾਂ ਨੇ ਕੀ ਕਰਨਾ, ਆਪਾਂ ਨੇ ਪਹਿਲੇ ਨੰਬਰ ਤੇ ਟ੍ਰੈਪ ਸਮਝਣਾ ਕਿ ਮੈਂ ਟ੍ਰੈਪ ਹੈਗਾ ਤੇ ਇਹ ਇੰਨਾ ਗੰਦਾ ਟ੍ਰੈਪ ਹੈ. ਜੇ ਸੋਸ਼ਲੀ ਤੁਸੀਂ ਆਪਣੇ ਸਹੁਰੇ ਗਏ ਤੁਹਾਨੂੰ ਕਿਸੇ ਨੇ ਪੁੱਛੀ ਨੀ ਦਾਰੂ ਤਾਂ ਬੰਦੇ ਉੱਖੜ ਜਾਂਦੇ ਨੇ. ਦੱਸੋ ਮੰਗ ਕੇ ਟ੍ਰੈਪ ਲੈ ਰਹੇ. ਮੈਂ ਤੁਹਾਨੂੰ ਪਿਛਲੀ ਵਾਰ ਕਿਹਾ ਸੀ ਤਾਂ ਇਹ ਸਾਡੀ ਸੱਚੀ ਕਹਾਵਤ ਹੈ ਕਿ ਪੋਸਟ ਮੰਗੇ ਰੋੜੀਆਂ, ਭੰਗ ਮੰਗੇ ਕੀ, ਸ਼ਰਾਬ ਮੰਗੇ ਜੁੱਤੀਆਂ, ਮਿੱਤਰਾ ਸੋਚ ਸਮਝ ਕੇ ਪੀ. ਬਹੁਤ ਸਿਆਣੀ ਗੱਲ ਹੈ, ਇਹਦੀ ਕੋਈ ਘਾਟ ਨਹੀਂ ਹੈਗੀ, ਇਹਦੀ ਜੁੱਤੀ ਹੀ ਘਾਟ ਹੈ. ਸਰ ਮੈਨੇ ਘਰਾਂ ਚ ਘਰ ਉੱਧਰ ਦੇਖਿਆ, ਜੇ ਤੁਹਾਨੂੰ ਯਕੀਨ ਨਹੀਂ ਨਾ ਹੁੰਦਾ ਮੈਂ ਤੁਹਾਨੂੰ ਦੱਸਦਾ, ਮੈਂ ਲਾਈਫ ਨੂੰ ਐਕਸਪੀਰੀਅੰਸ ਕਰਨ ਦਾ ਬਹੁਤ ਇੱਛੁਕ ਹੈ. ਦੇਖੇ ਤੇ ਨਾ ਸਾਡੇ ਕੋਲ ਦੇਸੀ ਦਾਰੂ ਮਿਲਦੀ ਹੁੰਦੀ ਹੈ, ਜਾਣ ਕੇ 5:30 to 7 ਨਾ ਉੱਥੇ ਮੋਟਰਸਾਈਕਲ ਲੈ ਕੇ ਖੜ ਜਾਓ. ਦਿਹਾੜੀਦਾਰ ਬੰਦਾ ਆਉਂਦਾ, ਇੰਨਾ ਕੁ ਪਊਆ ਲੈਂਦਾ ਉਹ 47 ਰੁਪਏ ਦਾ, ਉੱਥੇ ਖੂਨ ਦੀ ਕੌਲੀ ਪਈ ਹੁੰਦੀ ਹੈ ਸਾਈਡ ਤੇ, ਪਾਣੀ ਤੋਂ ਡਾਟਾ ਪੱਟਦਾ, ਬਸ ਐਂਕਰ ਨੂਨ ਲਾਉਂਦਾ. ਤੁਸੀਂ ਕੋਈ ਚੀਜ਼ ਖਰਾਬ ਕੀ ਹੈ, ਉਹ ਕਿੰਨੀ ਦੂਰ ਤੱਕ ਗਲਤ ਕੰਮ ਕਰ ਰਹੀ ਹੈ, ਉਹ ਜਾ ਕੇ ਫਿਰ ਜਾਂ ਤਾਂ ਰਸਤੇ ਚ ਸਾਈਕਲ ਪਲਟ ਕੇ ਕਿਸੇ ਟਰੱਕ ਥੱਲੇ ਆ ਕੇ ਮਰ ਜਾਂਦਾ, ਉਹ ਟਰੱਕ ਵਾਲੇ ਦਾ ਵਿਚਾਰੇ ਦਾ ਲੋਡ ਅਗਲੇ 1 ਸਾਲ ਲਈ ਜ਼ਬਤ ਹੋ ਜਾਂਦਾ. ਕੋਈ ਚੰਗੀ ਭਲੀ ਫੈਮਿਲੀ ਆਪਣਾ ਵਿਚਾਰਾ ਕਿਤੇ ਕੰਮ ਕਰਨ ਜਾ ਰਹੀ ਸੀ, ਉਹਨਾਂ ਤੋਂ ਇੱਕ ਬੰਦਾ ਚੱਕਿਆ ਜਾਂਦਾ, ਉਹ ਪੂਰੀ ਜ਼ਿੰਦਗੀ ਸੋਚਦਾ ਮੇਰੇ ਤੋਂ ਬੰਦਾ ਮਰ ਗਿਆ. ਦੇਖੋ ਦੂਰ ਕਿੰਨੀ ਜਾ ਸਕਦੀ, ਉਹ ਆਪਣੀ ਅਗਰ ਘਰ ਪਹੁੰਚ ਜਾਂਦਾ ਉਹ ਘਰਲੀ ਨੂੰ ਕੁੱਟਦਾ ਮਾਰਦਾ, ਉਹ ਆਪਣਾ ਕੰਮ ਕਰਕੇ ਲਿਆਉਂਦੀ ਹੈ ਪੈਸੇ, ਉਹ ਤੋਂ ਪੈਸੇ ਖੋਲਣ ਦਾ. ਦੇਖੋ ਕੋਈ ਚੀਜ਼ ਕਿੰਨੀ ਦੂਰ ਜਾ ਸਕਦੀ ਹੈ, ਉਹ ਵੀ ਗਲਤ ਕੰਮ ਚ. ਆਪਾਂ ਸਪੋਰਟ ਕਰ ਦਈਏ, ਮੈਂ ਨੀ ਕਹਿੰਦਾ ਕਿ ਸ਼ਰਾਬ ਮਾੜੀ ਹੈ, ਉਸ ਤੋਂ ਬਾਅਦ ਹੁੰਦਾ ਕੀ ਹੈ. ਦੇਖੋ ਤੁਸੀਂ ਪਟਿਆਲੇ ਦਾ ਇੰਸੀਡੈਂਟ ਹੋਇਆ ਸੀ ਜਿੱਥੇ ਬਹੁਤ ਘਰਾਂ ਦੇ ਕਾਫੀ ਬੱਚੇ ਮਰ ਗਏ ਸੀ. ਬਿਲਕੁਲ, ਹਾਂ, ਉਹ ਥਾਪਰ ਕਾਲਜ ਕੋਲ. ਤੁਸੀਂ ਦੱਸਿਆ ਉੱਧਰ ਜ਼ਹਿਰੀਲੀ ਸ਼ਰਾਬ ਪੀ ਕੇ ਕੀ ਨੀ ਹੋਇਆ, ਸਾਡੇ ਕੌਲੀ ਬਹੁਤ ਸ਼ਰਾਬ ਵਿਕਦੀ ਹੈ, ਬਹੁਤ ਕਾਂਡ ਹੋਏ ਨੇ ਇਹੋ ਜਿਹੇ ਪੁਰਾਣੇ. ਦੇਖੋ ਕੋਈ ਵੀ ਚੀਜ਼ ਨੂੰ ਸਪੋਰਟ ਕਰਨੀ ਹੈ, ਦੇਖੋ ਉਹ ਲੋਕਾਂ ਦਾ ਘਰ ਪੂਰਾ ਕਰਦੀ ਹੈ, ਲੋਕਾਂ ਦਾ ਘਰ ਖਰਾਬ ਕਰਦੀ ਹੈ. ਮੈਂ ਨੀ ਕਹਿੰਦਾ ਹੁਣ ਹਰ ਇੱਕ ਅਗਲਾ ਕਹਿੰਦਾ ਮੈਂ ਤਾਂ ਘਰ ਬਹਿ ਕੇ 2 ਪੈਗਲਾ, ਨਹੀਂ, ਇਹਦੇ ਚ ਕੀ ਗਲਤ ਹੈ? ਤੁਸੀਂ ਕਿਸੇ ਚੀਜ਼ ਨੂੰ ਸਪੋਰਟ ਕਰ ਰਹੇ ਹੋ, ਇੰਨਾ ਹੀ ਬਹੁਤ ਹੈ ਇਸ ਮਾਮਲੇ ਚ. ਇੱਥੇ ਵੀ ਆ ਰਿਹਾ ਮੈਂ, ਬਹੁਤ ਸਾਰੇ ਲੋਕੀ ਜਿਹੜੇ ਨੇ ਉਹ ਇਹ ਕਹਿੰਦੇ ਨੇ ਵੀ 2 ਪੈਗ ਲਾ ਕੇ ਕੋਈ ਫਰਕ ਨਹੀਂ ਪੈਂਦਾ. ਡਾਕਟਰ ਵੀ ਕਈ ਇੱਥੋਂ ਤੱਕ ਕਹਿ ਦਿੰਦੇ ਨੇ ਵੀ 1-2 ਪੈਗ ਨਾਲ ਕਿਸੇ ਨੂੰ ਨੁਕਸਾਨ ਨਹੀਂ ਹੁੰਦਾ. ਇਹਦੇ ਬਾਰੇ ਥੋੜਾ ਚਾਨਣਾ ਪਾਓ, ਕਿਉਂਕਿ ਇਹ ਮਿੱਥ ਵੀ ਜਿਹੜੀ ਹੈ ਇਹ ਆਪਾਂ ਇਹਦੇ 'ਚ ਕਿੰਨੀ ਕੁ ਸੱਚਾਈ ਹੈ. 2 ਪੈਗ ਲਾਉਣ ਨਾਲ ਕੋਈ ਨੁਕਸਾਨ ਨਹੀਂ ਹੁੰਦਾ, ਉਹਨੂੰ ਥੋੜਾ ਥੋੜਾ ਕਰਕੇ ਪੀਣ 'ਚ ਨੁਕਸਾਨ ਨਹੀਂ ਹੁੰਦਾ, ਕੀ ਇਹਦੇ ਪਿੱਛੇ ਦੀ ਸਾਇੰਸ ਕੀ ਹੈ ਅਤੇ ਕੀ ਕਿਵੇਂ ਬੋਡੀ ਦੇ ਉੱਤੇ ਰਿਐਕਟ ਕਰਦੀ ਹੈ? ਸਰ ਜਿਵੇਂ ਮੈਂ ਕਿਹਾ 30 ml ਅਗਲੇ 3 ਦਿਨ ਲਈ, ਮਾਤਰ ਘੰਟੇ ਲਈ ਲਿਵਰ ਤੇ ਪ੍ਰੈਸ਼ਰ ਪਾਉਂਦੀ ਹੈ, ਲਿਵਰ ਨੂੰ ਕਲੀਨਜ਼ਿੰਗ ਮੋਡ 'ਚ ਜਾਣਾ ਪੈਂਦਾ. ਉਹ ਮਾਤਰ ਘੰਟੇ ਲਿਵਰ ਕੀ ਕਰ ਰਿਹਾ, ਸਿਰਫ ਤੁਹਾਨੂੰ ਜ਼ਿੰਦਾ ਰੱਖਣ ਲਈ, ਸਾਫ਼ ਖੂਨ ਰੱਖਣ ਲਈ ਕੰਮ ਕਰ ਰਿਹਾ. ਚਾਹੇ 2 ਪੈਗ 30 ml ਦਿਲਾਏ, 60 ml ਹੋ ਗਿਆ ਜੀ, ਕਿੰਨਾ ਲਿਵਰ ਤੇ ਪ੍ਰੈਸ਼ਰ ਪਿਆ. ਜਿਹੜਾ ਵਰਡ ਹੈ ਨਾ ਦਵਾ ਦਾਰੂ, ਉਹ 5 ml ਤੋਂ ਘੱਟ ਹੈ. ਜਿਹੜੀ ਹੋਮੋਪੈਥੀ ਦਵਾਈ 'ਚ ਨਹੀਂ ਪੱਕਦੇ ਹੁੰਦੇ ਕਈ ਵਾਰੀ, ਦਵਾ ਦਾਰੂ ਹੈ. ਅਗਰ ਉਹ ਦਵਾਈ ਵਰਗੀ ਚੀਜ਼ ਹੈ, ਜਿਵੇਂ ਦੇਖੋ ਤੁਸੀਂ ਜਦ ਬਹੁਤ ਠੰਡ ਹੁੰਦੀ ਹੈ ਤਾਂ ਕਹਿੰਦੇ ਬ੍ਰੈਂਡੀ 5-10 ml ਗਰਮ ਪਾਣੀ 'ਚ ਪੀ ਲੈਂਦੀ, ਨਸ਼ਾ ਨਹੀਂ ਕਰ, ਗਰਮੈਸ਼ ਲਿਆ ਦਿੰਦੀ ਹੈ. ਉਹ ਦਵਾਈ ਦੀ ਫੋਰਮ 'ਚ ਪੀਤੀ ਗਈ, ਉਹ ਵੀ ਸਾਲ 'ਚ ਬੰਦਾ 2 ਵਾਰੀ ਨਹੀਂ ਪੀਂਦਾ. ਜਿਹੜੀ ਆਹ ਮਿੱਥ ਕਿ 2 ਪੈਗ ਲਾ ਲਈਏ, ਇਹ ਤਾਂ ਉਹ ਗੱਲ ਹੋ ਗਈ ਕਿ ਹਮ ਤੋ ਡੂਬੇਂਗੇ ਸਨਮ, ਤੁਮੇਂ ਵੀ ਲੈ ਡੂਬੇਂਗੇ, ਤੇ ਅਸੀਂ ਡਾਕਟਰ ਸਾਹਿਬ ਆਪ ਪੀਂਦੇ ਹਾਂ ਕਿਉਂਕਿ ਆਪ ਪੀਂਦੇ ਹਾਂ, ਛੱਡ ਤਾਂ ਸਕਦੇ ਨਹੀਂ. ਆਪਣੇ ਆਪ ਨੂੰ ਇੰਨਾ ਦਮ ਹੈ ਨਹੀਂ ਕਿ ਐਗਰੀ ਕਰਨ ਕਿ ਮੈਂ ਐਡਿਕਟਿਡ ਹਾਂ. ਦੇਖੋ ਐਡਿਕਸ਼ਨ ਹੈ ਇਹ, ਚਾਹੇ ਜੋ ਮਰਜ਼ੀ ਕਹਿ ਦਿਓ ਐਡਿਕਸ਼ਨ. ਹੁਣ ਉਹ ਕਿਉਂਕਿ ਮੈਂ ਤਾਂ ਆਪ ਪੀਂਦੀ ਹੈ, ਤਾਂ ਤੁਸੀਂ ਕਿਵੇਂ ਮੇਰੇ ਦੋਸਤ ਬਣ ਸਕਦੇ ਹੋ? ਤੁਸੀਂ ਵੀ ਪੀਣ ਲੱਗ ਜਾਓ ਬਈ. ਜਿਹੜੇ ਡਾਕਟਰ ਇਹ ਰਿਕਮੈਂਡ ਕਰਦੇ, ਬਹੁਤ ਗਲਤ ਰਿਕਮੈਂਡੇਸ਼ਨ ਹੈ, ਕੋਈ ਸਾਇੰਸ ਨਹੀਂ ਕਹਿੰਦੀ. ਆਪਣੀ ਬੋਡੀ ਨੂੰ ਅਲਕੋਹਲ ਚਾਹੀਦੀ ਨਹੀਂ. ਜਦ ਤੁਸੀਂ ਦਾਰੂ ਪੀਂਦੇ ਹੋ, ਬੋਡੀ ਉਹਨੂੰ 2 ਚੀਜ਼ਾਂ 'ਚ ਤੋੜਦੀ ਹੈ, ਐਸੀਟੋਨ ਤੇ ਵਿਨੇਗਰ. ਉਹਨਾਂ 'ਚੋਂ ਇੱਕ ਚੀਜ਼ ਤਾਂ ਉਹਨੂੰ ਥੋੜ੍ਹਾ ਫਾਇਦਾ ਕਰਦਾ, ਦੂਜਾ ਜਮਾ ਹੀ ਨੁਕਸਾਨ ਕਰਦਾ. ਦੇਖੋ ਬੋਡੀ ਨੂੰ ਪਿਊਰੀਫਾਈ ਕਿਉਂ ਕਰਨੀ ਪੈਂਦੀ ਹੈ ਦਾਰੂ? ਕਿਉਂਕਿ ਉਹਦੇ ਲਈ ਉਹ ਚੀਜ਼ ਨਹੀਂ ਬਣੀ ਹੋਈ, ਉਹਨੂੰ ਉਹ ਚੀਜ਼ ਚਾਹੀਦੀ ਨਹੀਂ. ਜੇ ਗੱਲ ਦੱਸੋ, ਚਲੋ ਮੰਨਿਆ ਕਿ ਸ਼ਰਾਬ, ਮੈਂ ਤੁਹਾਡੀ ਗੱਲ ਮੰਨ ਵੀ ਲੈਣਾ ਕਿ ਸ਼ਰਾਬ ਗਲਤ ਨਹੀਂ ਹੈ, ਫਿਰ ਲਿਵਰ ਡੈਮੇਜ ਕਿਉਂ ਹੁੰਦਾ? ਲੋਕਾਂ ਨੂੰ ਹੱਥ ਕਿਉਂ ਕੰਬਦੇ ਨੇ? ਐਡਿਕਟਿਡ ਕਿਉਂ ਹੋ ਜਾਂਦੇ ਨੇ? ਦੇਖੋ ਤੁਸੀਂ ਇੱਕ, ਮੈਂ ਤਾਂ ਇੱਥੇ ਜਾਣਾ, ਮੈਂ ਤਾਂ ਚਾਹ ਦੇ ਵਾਲਿਆਂ ਨੂੰ ਕਹਿੰਦਾ ਮੇਰੇ ਕੋਲ ਇਹੋ ਜਿਹੇ ਕਲਾਇੰਟ ਨੇ, ਮੇਰੀ ਚਾਹ ਨਾ ਖੜਾਈਓ. ਮੈਂ ਕਿਹਾ ਬਣ ਗਏ ਨਸ਼ੇ ਜੀ, ਇਹ ਨਸ਼ਾ ਕਿਆ? ਜਿਹੜੀ ਚੀਜ਼ ਤੋਂ ਬਿਨਾਂ ਤੁਸੀਂ ਰਹਿ ਨਹੀਂ ਸਕਦੇ ਹੋ, ਨਸ਼ਾ. ਹੁਣ ਮੈਨੂੰ ਇਹ ਦੱਸੋ ਕਿ
ਇਹ ਵੀ ਕਿਹਾ ਜਾਂਦਾ ਕਿ ਜਿਹੜਾ ਜੇ ਆਪਾਂ ਇੱਕ ਅੱਧਾ ਪੈਗ ਲਾ ਲੈਂਦੇ ਹਾਂ ਤਾਂ ਸ਼ਰਾਬ ਜਿਹੜੀ ਹੈ ਹਾਜ਼ਮੇ ਦਾ ਕੰਮ ਕਰਦੀ ਹੈ, ਹਾਜ਼ਮ ਭਰਾਉਣ ਦੀ, ਕਿਉਂਕਿ ਐਲਕੋਹਲ ਹੈ ਅਤੇ ਬੋਡੀ ਦੇ ਅੰਦਰ ਵੀ ਐਲਕੋਹਲ ਹੈ ਅਤੇ ਜਿਹੜਾ ਇਹ ਹਜ਼ਮ ਕਰ ਜਿਹੜੀ ਉਹ ਚੀਜ਼ਾਂ ਨੂੰ ਹਜ਼ਮ ਕਰਦੀ ਹੈ। ਬਟ ਜੇ ਹਜ਼ਮ ਕਰਦੀ ਹੈ ਤਾਂ ਫਿਰ ਜਿਹੜਾ ਬੋਡੀ ਵਾਲਾ ਐਲਕੋਹਲ ਹੈ ਉਹ ਕਿੱਧਰ ਜਾਂਦਾ ਜੇ ਇਹ ਸ਼ਰਾਬ ਹੀ ਹਜ਼ਮ ਕਰਦੀ ਹੈ? ਇਹ ਵੀ ਥੋੜ੍ਹਾ ਚਾਨਣਾ ਪਾ ਦਿਓ। ਤਾਂ ਹੀ ਅਗਲੇ ਦਿਨ ਇਨੋ ਦਾ ਪੈਕਟ ਪੀਣਾ ਪੈਂਦਾ ਫਿਰ ਆਪਣੇ ਐਸਿਡਿਟੀ ਨਾਲ ਤੁਸੀਂ ਖਿਲਵਾੜ ਕਰ ਲਿਆ। ਦੇਖੋ ਹਾਜ਼ਮਾ ਤਾਂ ਵਿਨੇਗਰ ਬਹੁਤ ਸੋਹਣੀ ਕਰਾਉਂਦਾ, ਐਪਲ ਸਾਈਡਰ ਦਾ ਵਿਨੇਗਰ ਸਿਰਕਾ, ਉਹ ਉਹਨੂੰ ਉਹ ਆਪਣੇ ਸਿਰਕੇ ਨੂੰ ਜਿਹੜੇ ਬੋਡੀ ਦਾ ਉਹ ਹੈ ਉਹਨੂੰ ਹੈਲਪ ਕਰਦਾ। ਇਹਨੂੰ ਪਹਿਲਾਂ ਤੋੜਨਾ ਪੈਂਦਾ ਸਰੀਰ ਨੂੰ, ਤੇ ਅਗਰ ਹਾਜ਼ਮਾ ਸਹੀ ਕਰਦੀ ਫਿਰ ਲਿਵਰ ਨਾ ਖਰਾਬ ਕਰਦੀ। ਹਾਜ਼ਮੇ ਦਾ ਗੁਰੂ ਲਿਵਰ ਹੈ, ਤੇ ਅਗਰ ਇਹ ਸੱਚਿਓ ਹਾਜ਼ਮਾ ਠੀਕ ਕਰਦੀ ਫਿਰ ਲਿਵਰ ਨੂੰ ਡੈਮੇਜ ਨਾ ਕਰਦੀ। ਤਾਂ ਉਹ ਗੱਲ ਹੋ ਗਈ, ਪਹਿਲਾਂ ਗਲਤ ਖਾ ਲਿਆ ਫਿਰ ਉੱਪਰੋਂ ਕੋਕ ਪੀ ਲਿਆ ਨਾਲੀ ਸਾਫ਼ ਕਰਨ ਲਈ, ਹੈ ਨਾ, ਕਿ ਨਾਲੀ ਸਾਫ਼ ਹੋ ਜੂਗੀ। ਗਲਤ ਖਾਏ ਹਾਜ਼ਮਾ ਨਹੀਂ ਠੀਕ ਕਰਦੀ, ਮੌਕੇ ਤੇ ਇੱਕ ਫੀਲਿੰਗ ਦਿੰਦੀ ਹੈ। ਉਹ ਵੀ ਤਾਂ ਕਹਿ ਰਹੇ ਕਿ ਇਹ ਉਹ ਜੇਲ੍ਹ ਹੈ ਜਿਸ ਵੜ ਕੇ ਅੱਛਾ ਲੱਗਦਾ। ਮੌਕੇ ਤੇ ਬੰਦੇ ਲੱਗਦਾ ਕਿ ਵਾਹ ਜੀ ਵਾਹ, ਉਹ ਦੋ ਪੈਗ ਲਾ ਕੇ ਸਾਰਾ ਪਿੰਡ ਮਿੱਤਰਾਂ ਦਾ ਫਿਰ ਪਿੰਡ ਦੂਜੇ ਹੋ ਜਾਂਦੇ ਆ। ਮੈਂ ਇੱਕ ਛੋਟੀ ਗੱਲ ਦੱਸਦਾ ਹੁੰਦਾ ਕਿ ਨਸ਼ਾ ਉਹ ਕਰੋ ਜਿਹੜਾ ਕਦੇ ਨਾ ਉਤਰੇ। ਕਈ ਲੋਕ ਰੱਬ ਦੀ ਕੁੱਖ ਦਾ ਨਸ਼ਾ ਕਰਦੇ ਨੇ, ਮੇਰੇ ਨਾਮ ਕੁਮਾਰੀ ਨਾਨਕਾ ਚੜੀ ਰਹੇ ਦਿਨ ਰਾਤ, ਨਾਮ ਕੁਮਾਰੀ ਨਾਨਕਾ ਚੜੀ ਰਹੇ ਦਿਨ ਰਾਤ, ਕਿਉਂ ਕਿਉਂ ਨੀ ਆਪਾਂ ਉਹ ਨਾਮ ਦਾ ਨਸ਼ਾ ਕਰਦੇ? ਬਿਲਕੁਲ ਠੀਕ, ਨਸ਼ਾ ਹਮੇਸ਼ਾ ਜ਼ਿੰਦਗੀ ਚ ਉਹ ਕਰਨਾ ਤਾਂ ਕਦੇ ਨਾ ਉਤਰੇ। ਮੈਨੂੰ ਇੱਕੋ ਚੀਜ਼ ਦਾ ਸਰੂਰ ਹੈ ਜੀ, ਸਿਹਤ ਦਾ ਸਰੂਰ। ਜਦੋਂ ਤੁਸੀਂ ਸਿਹਤ ਦਾ ਨਸ਼ਾ ਕਰਦੇ ਹੋ ਉਹ ਉਤਰਦਾ ਨੀ, ਉਹਨੂੰ ਉਤਾਰਨ ਲਈ ਮੈਨੂੰ ਕੋਈ ਗਲਤ ਕੰਮ ਕਰਨਾ ਪੈਣਾ, ਫਿਰ ਮੈਂ ਉਹ ਕੰਮ ਕਿਉਂ ਕਰਾਂ? ਤੇ ਜ਼ਿਆਦਾਤਰ ਲੋਕ ਜਦੋਂ ਉਹ ਦਾਰੂ ਕੋਈ ਛੱਡਦੇ ਨੇ ਉਹਨਾਂ ਨੂੰ ਪਹਿਲੀ ਵਾਰੀ ਦੁਬਾਰਾ ਅੱਖਾਂ ਖੁੱਲਦੀਆਂ, ਉਹ ਕਹਿੰਦੇ ਹਾਏ ਰੱਬਾ ਉਹ ਵਾਪਸ ਆਇਆ ਮੈਨੂੰ ਪਤਾ। ਚਲੋ ਇਹ ਤੁਸੀਂ ਥੋੜਾ ਜਿਹਾ ਹੁਣ ਇਹ ਵੀ ਦੱਸ ਦਿਓ ਕਿ ਬੰਦਾ ਨਸ਼ਾ ਕਰਨ ਲੱਗ ਗਿਆ ਤੇ ਬੁਰੀ ਤਰ੍ਹਾਂ ਜਿਹੜਾ ਨਸ਼ਾ ਹੈ ਉਹਦੇ ਲੀਵਰ ਨੂੰ ਡੈਮੇਜ ਕਰ ਰਿਹਾ, ਉਹਦੀ ਫੂਡ ਪਾਈਪ ਡੈਮੇਜ ਕਰ ਰਿਹਾ, ਫੂਡ ਪਾਈਪ ਪੰਚਰ ਹੋ ਗਈ, ਲੀਵਰ ਜਿਹੜਾ ਉਹ 10-20% ਰਹਿ ਗਿਆ ਸਾਰਾ, ਕਿਡਨੀ ਤੇ ਵੀ ਅਸਰ ਪੈ ਰਿਹਾ ਉਹਦਾ, ਉਹਦੇ ਨਰਵਸ ਸਿਸਟਮ ਤੇ ਵੀ ਅਸਰ ਪੈ ਰਿਹਾ, ਪਰ ਸ਼ਾਹ ਜੀ ਛੱਡਣ ਨੂੰ ਤਿਆਰ ਨਹੀਂ ਹੈਗੇ। ਉਹ ਕਹਿੰਦੇ ਨਹੀਂ ਜੀ ਕੁਛ ਨਹੀਂ ਹੁੰਦਾ ਜੀ, ਛੱਡਣ ਨੂੰ ਤਿਆਰ ਵੀ ਹੁੰਦੇ ਨੇ ਪਰ ਜਿਹੜਾ ਮਨ ਹਰਾਮੀ ਜਿਹੜਾ ਉਹਨੂੰ ਫਿਰ ਖਿੱਚ ਕੇ ਲੈ ਜਾਂਦਾ ਦੂਜੇ ਪਾਸੇ। ਹੁਣ ਥੋੜ੍ਹਾ ਜਿਹਾ ਇਹ ਵੀ ਦੱਸ ਦਿਓ ਕਿ ਜਿਹੜੇ ਘਰ ਪਰਿਵਾਰ ਤੰਗ ਨੇ ਉਹ ਅਜਿਹੇ ਵਿੱਚ ਕੀ ਕਰਨ? ਦੋ ਕੇਸ ਨੇ, ਇੱਕ ਮੇਰਾ ਵੀਰ ਹੈਗਾ, ਮੇਰਾ ਵੱਡਾ ਵੀਰ ਤੇ ਛੋਟਾ ਵੀਰ ਲਾ ਲਓ, ਜਿਹੜਾ ਛੱਡਣਾ ਚਾਹੁੰਦਾ ਮਗਰ ਛੱਡ ਨਹੀਂ ਸਕਦਾ। ਇੱਕ ਮੇਰਾ ਵੀਰ ਹੈ ਜਿਹਦੇ ਘਰ ਦੇ ਚਾਹੁੰਦੇ ਉਹਨੂੰ ਛਡਾਉਣਾ, ਉਹ ਛੱਡਣਾ ਨਹੀਂ ਚਾਹੁੰਦਾ। ਦੋ ਅਲੱਗ ਅਲੱਗ ਕੇਸ ਨੇ, ਦੋਨਾਂ ਦੀ ਮਦਦ ਹੋ ਸਕਦੀ ਹੈ। ਹੁਣ ਆਪਾਂ ਉਹ ਕੇਸ ਲੈਂਦੇ ਘਰ ਦੇ ਤੰਗ ਨੇ, ਮਗਰ ਬੰਦਾ ਛੱਡ ਕੇ ਕੁਛ ਨਹੀਂ। ਦੇਖੋ ਪਹਿਲੇ ਨੰਬਰ ਤੇ ਉਹਦੇ ਸਰੀਰ ਚ B1 ਵਿਟਾਮਿਨ ਪੂਰਾ ਕਰਨਾ, ਮਗਰ ਉਹ ਗੋਲੀ ਨਹੀਂ ਦੇਣੀ। ਦੂਜੀ ਗੱਲ, ਇੱਕ ਸੱਚ ਮੇਰੀ ਉਹ ਹੈ ਰਿਕੁਐਸਟ ਹੈ, ਉਹਦੀ ਨਸ਼ਾ ਸ਼ਰਾਬ ਦੀ ਦਵਾਈ ਨਹੀਂ ਹੁੰਦੀ, ਉਹ ਤੇ ਕਦੇ ਨੀ। ਉਹਨੂੰ ਕਹਿੰਦੇ ਇੱਕ ਦਵਾਈ ਦੇ ਦਿੰਦੇ ਆ, ਪੈਸੇ ਬਹੁਤ ਲੈ ਲੈਂਦੇ ਆ, ਉਹ ਕਹਿੰਦੇ ਤੁਸੀਂ ਉਹਨੂੰ ਘੋਲ ਕੇ ਖਾਣੇ ਚ ਖਵਾ ਦਿਓ, ਉਹਨੂੰ ਪਤਾ ਵੀ ਨਹੀਂ ਲੱਗਦਾ। ਪਰ ਜ਼ਹਿਰ ਦੇ ਦਿਓ, ਉਹ ਜ਼ਹਿਰ ਦੇ ਦਿਓ ਉਦਾਂ ਉਹ ਠੀਕ ਹੈ, ਉਹ ਦਵਾਈ ਮਾਇੰਡ ਨੂੰ ਬੁੱਝ ਕਰ ਦਿੰਦੀ ਹੈ। ਇਹ ਤਾਂ ਉਹ ਹੋ ਗਈ, ਸ਼ਰਾਬੀ ਕਹਿੰਦਾ ਸੀ ਸਿਗਰਟ ਛੱਡਣੀ ਸੀਗੀ, ਉਹ ਸੋਰੀ ਸਿਗਰਟਾਂ ਛੱਡ ਕੇ ਜਰਦਾ ਸ਼ੁਰੂ ਕਰਿਆ, ਜਰਦਾ ਛੱਡ ਕੇ ਭੁੱਖ ਛੱਡ ਕੇ ਪੀਣ। ਆਪਾਂ ਨੇ ਉਹ ਵਿਟਾਮਿਨ ਉਹਦੇ ਘਰ ਪੂਰਾ ਕਰਨਾ ਜਿਹੜਾ ਉਹ ਤੋਂ ਵੈਸੇ ਨਹੀਂ ਹੋ ਰਿਹਾ। ਤਾਂ ਇੱਕ ਚੀਜ਼ ਤੁਹਾਡੇ ਲਿਸਨਰਸ ਨੂੰ ਦੱਸ ਦਿੰਦਾ, ਮੈਂ ਲਿੰਕ ਵੀ ਭੇਜ ਦੂੰਗਾ, ਪੋਸਟ ਕਰ ਦੂੰਗਾ। ਇੱਕ ਚੀਜ਼ ਆਉਂਦੀ ਹੈ ਬੀ ਕੰਪਲੈਕਸ, ਨੈਚੁਰਲ ਫੂਡ ਤੋਂ ਬਣਿਆ ਹੋਇਆ, ਉਹਦਾ ਨਾਮ ਹੈ ਨਿਊਟ੍ਰੀਸ਼ਨਲ ਈਸਟ। ਕੱਲਾ ਈਸਟ ਨਹੀਂ, ਪਿਓਰ ਈਸਟ ਨਹੀਂ, ਉਹਨੂੰ ਇੰਗਲਿਸ਼ ਚ ਕਹਿੰਦੇ ਨਿਊਟ੍ਰੀਸ਼ਨਲ ਈਸਟ। ਉਹ ਇਹ ਚੀਜ਼ ਹੈ, ਉਹ ਜਿਵੇਂ ਫਲੇਕਸ ਹੁੰਦੇ ਨਾ, ਫਲੇਕਸ ਬਰਾਦਾ ਹੈ ਇੱਕ ਤਰ੍ਹਾਂ ਦਾ, ਪਿਓਰ ਬੀ ਕੰਪਲੈਕਸ ਮਗਰ ਨੈਚੁਰਲ। ਹੁਣ ਮੈਂ ਇੱਥੇ ਅਗਰ ਮੇਰੇ ਕੋਈ ਦੋਸਤ ਮਿੱਤਰ ਹੋਵੇ ਜਿਹਨੂੰ ਮੈਂ ਛਡਾਉਣੇ ਹੋਵੇ, ਹਰ ਰੋਜ਼ ਉਹਦੇ ਖਾਣੇ ਚ ਦਾਲ ਚ ਸਲਾਦ ਦੇ ਉੱਪਰ 3-4 ਚਮਚ ਪਾ ਕੇ ਦਿਨ ਚ 2 ਵਾਰੀ ਸ਼ੁਰੂ ਕਰ ਦੂੰਗਾ। ਉਹ ਕੀ ਹੁੰਦਾ ਜੀ, ਉਹ ਥੋੜਾ ਜਿਹਾ ਵੀ ਚਾਨਣਾ ਪਾ ਦੋ, ਉਹ ਕਿੱਦਾਂ ਦਾ ਹੁੰਦਾ, ਦੇਖਣ ਨੂੰ ਕੀ ਹੁੰਦਾ? ਪੀਲੇ ਰੰਗ ਦਾ ਹੁੰਦਾ, ਪੀਲੇ ਰੰਗ ਦਾ ਜਿਵੇਂ ਬਰਾਦੇ ਦੇ ਵਰਗੀ ਚੀਜ਼ ਹੁੰਦੀ ਹੈ, ਉਹਨੂੰ ਫਲੇਕਸ ਕਹਿੰਦੇ। ਮੋਟੇ ਫਲੇਕਸ ਹੁੰਦੇ, ਜਿਵੇਂ ਆਪਣੀ ਸਿਕਰੀ ਫਲੇਕਸ ਹੁੰਦੀ ਹੈ, ਉਹ ਮੋਟੇ ਫਲੇਕਸ ਹੁੰਦੇ ਆ। ਉਹ ਨੈਚੁਰਲ ਬੀ ਕੰਪਲੈਕਸ ਹੈ, ਕਿਉਂਕਿ ਮੈਂ ਗੋਲੀਆਂ ਤੇ ਵਿਸ਼ਵਾਸ ਨਹੀਂ ਰੱਖਦਾ ਜ਼ਿਆਦਾ। ਪਹਿਲੇ ਨੰਬਰ ਤੇ ਦੇਖੋ, ਸ਼ਰਾਬੀ ਤੁਸੀਂ ਦੇਖਿਓ, ਸ਼ਰਾਬੀ ਸਲਾਦ ਖਾ ਕੇ ਬੜਾ ਖੁਸ਼ ਹੁੰਦਾ, ਉਹਨੂੰ ਐਂ ਲੱਗਦਾ ਸ਼ਾਇਦ ਮੇਰੀ ਮਦਦ ਹੋ ਜੂਗੀ। ਤਾਂ ਉਹਨੂੰ ਸਲਾਦ ਕੱਟ ਕੇ ਦਿਓ 2 ਵਾਰੀ, ਉਹਦੇ ਉੱਪਰ ਨੂੰ ਈਸਟ ਪਾ ਦਿਓ, ਉਹਨੂੰ ਕਾ ਸਵਾਦ ਵਧਾਉਂਦਾ। ਦੂਜੇ ਨੰਬਰ ਤੇ ਉਹ ਧੱਕੇ ਦਿਨ ਚ 4-5 ਨਿੰਬੂ ਪਿਲਾ ਦੇਣੇ। ਜਦ ਵੀ ਉਹ ਘਰ ਆਉਂਦਾ ਉਹਨੂੰ ਖਾਰੇ ਪਾਣੀ ਚ ਜਾਂ ਸਿੰਪਲ ਪਾਣੀ ਚ ਨਿੰਬੂ ਘੋਲ ਕੇ ਲੂਣ ਪਾ ਕੇ ਦੇ ਦੇਣੇ। ਨਿੰਬੂ
ਲਿਵਰ ਦੀ ਸਫਾਈ ਸ਼ੁਰੂ ਕਰ ਦਿੰਦਾ। ਜਿਹੜਾ ਨਿਊਟ੍ਰੀਸ਼ਨਲ ਬੀ ਕੰਪਲੈਕਸ ਹੈ ਇਹ ਉਹਨੂੰ ਕੀ ਕਰਦਾ, ਉਹਦੀ ਤਲਬ ਮਾਰ ਦਿੰਦਾ। ਤੀਜੇ ਨੰਬਰ ਤੇ ਉਹਨੂੰ ਦਿਨ ਚ ਧੱਕੇ ਨਾਲ 6 ਔਲੇ ਖਿਲਾ ਦਿੰਦੇ, ਅਚਾਰ ਬਣਾ ਕੇ ਛੋਟੇ ਕਰਕੇ। ਔਲੇ ਕੀ ਕਰਦੇ, ਲਿਵਰ ਨੂੰ ਸਾਫ਼ ਕਰਦੇ। ਨਹੀਂ ਔਲੇ ਦਾ ਜੂਸ ਵੀ ਦਿੱਤਾ ਜਾ ਸਕਦਾ। ਹਾਂ ਹਾਂ ਹਾਂ, ਔਲੇ ਦਾ ਜੂਸ ਦਿੱਤਾ ਜਾ ਸਕਦਾ ਹੈ ਨਾ ਉਹਨੂੰ ਸ਼ਾਮ ਨੂੰ ਨਾ। ਮੈਂ ਚਾਹ ਕਾਫੀ ਚ ਵਿਸ਼ਵਾਸ ਨਹੀਂ ਰੱਖਦਾ, ਮਗਰ ਉਹਨੂੰ ਸ਼ਾਮ ਨੂੰ ਬੰਦੇ ਨੂੰ ਲੈਕੇ ਉਹ 10-9 ਵਜੇ ਪੀਣ ਦੀ ਉਹਨੂੰ ਹੁੜ ਕੁੱਟਦੀ ਹੈ। ਮੈਂ ਉਹਨੂੰ 7 ਕਾਫੀ ਦਾ ਕਲੱਬ ਬੁਲਾ ਦੂੰਗਾ, ਇੱਕ ਬਲੈਕ ਕਾਫੀ। ਅਗਰ ਔਰਗੈਨਿਕ ਬਲੈਕ ਕਾਫੀ ਮਿਲ ਜੇ ਬਹੁਤ ਵਧੀਆ, ਜਿਹੜੀ ਲਿਵਰ ਨੂੰ ਥੋੜ੍ਹਾ ਮਦਦ ਕਰਦੀ ਹੈ। ਹੁਣ ਜਿਹਦਾ ਲਿਵਰ ਡੈਮੇਜ ਹੈ, ਵੈਸੇ ਮੈਂ ਕਾਫੀ ਦਾ ਸਪੋਰਟਰ ਨਹੀਂ ਹੈ, ਮਗਰ ਹੁਣ ਉਹ ਡੁੱਬਦੀ ਨਈਆਂ ਨੂੰ ਕਿਸ ਤਰੀਕੇ ਨਾਲ ਬਚਾਉਣਾ। ਤੁਸੀਂ ਦੇਖਿਓ ਜੇ ਤੁਸੀਂ ਚਾਹ ਜਾਂ ਕਾਫੀ ਪੀ ਲੈ, ਤੁਹਾਨੂੰ ਹੁੜਕ ਮਰ ਜਾਂਦੀ ਹੈ, ਉਹ 7-9 ਵਜੇ ਲਈ ਹੁੜਕ ਮਾਰ ਦੂਗੀ। ਨੈਟਲ ਟੀ ਵੀ ਦਿੱਤੀ ਜਾ ਸਕਦੀ ਹੈ, ਨੈਟਲ ਟੀ ਦਿੱਤੀ ਜਾ ਸਕਦੀ ਹੈ, ਮਗਰ ਕਾਫੀ ਚ ਜਿਹੜੀ ਕੁਛ ਚੀਜ਼ਾਂ ਨੇ ਉਹ ਲਿਵਰ ਨੂੰ ਕਿਸੇ ਹੋਰ ਤਰੀਕੇ ਨਾਲ ਕੰਮ ਕਰਦੀ ਹੈ। ਕਿਉਂਕਿ ਉਹ ਕਾਫੀ ਵੀ ਜਿਹੜੀ ਹੈ ਨਾ ਜੀ ਔਰਗੈਨਿਕ ਨਹੀਂ ਆ ਰਹੀ, ਕਿਉਂਕਿ ਕਾਫੀ ਜਿਹੜੀ ਹੈ ਵਰਲਡ ਦੇ ਵਿੱਚ ਸਭ ਤੋਂ ਵੱਧ ਵਿਕਣ ਵਾਲਾ ਪ੍ਰੋਡਕਟ ਹੈ, ਤੇ ਇੰਨੀ ਕਲਟੀਵੇਸ਼ਨ ਹੁੰਦੀ ਨਹੀਂ, ਇੰਨੀ ਕਲਟੀਵੇਸ਼ਨ ਹੁੰਦੀ ਨਹੀਂ, ਤੇ ਉਹਦੇ ਵਿੱਚ ਵੀ ਪੈਸਟੀਸਾਈਡ ਤੇ ਹੋਰ ਪਤਾ ਨਹੀਂ ਕੀ ਹਰਬੀਸਾਈਡ ਤੇ ਫੰਗੀਸਾਈਡ ਪਾ ਪਾ ਕੇ ਬਣਾਉਂਦਾ ਹੈ, ਇਹਨਾਂ ਚੀਜ਼ਾਂ 'ਚ ਵੱਧ ਪੈਂਦਾ। ਗ੍ਰੀਨ ਕਾਫੀ ਮਿਲ ਸਕਦੀ ਹੈ, ਮਗਰ ਗ੍ਰੀਨ ਕਾਫੀ ਬੰਦਾ ਪੀਏਗਾ ਨਹੀਂ, ਉਹ ਟੇਸਟ ਨਹੀਂ ਲੱਗਦਾ। ਚਲੋ ਇੱਕ ਹੋਰ ਅਗਲਾ ਟਿਪ, ਕਾਫੀ ਨਹੀਂ ਮਿਲੀ ਕੋਈ ਚੱਕਰ ਨਹੀਂ, ਖੋਪੇ ਦਾ ਤੇਲ, ਨਾਰੀਅਲ ਦਾ ਤੇਲ, ਓਲਾ ਕਹਿ ਦਿੰਦੇ ਆ, ਕੋਕੋਨਟ ਆਇਲ ਕਹਿੰਦੇ ਆ, ਵਰਜਿਨ ਵਰਜਿਨ ਕੋਕੋਨਟ ਆਇਲ, ਜਿਹੜਾ ਵਰਜਿਨ ਰੋ ਕੋਕੋਨਟ ਆਇਲ ਆਰਗੈਨਿਕ, ਉਹਦੇ ਵਿੱਚ ਇੱਕ ਚੀਜ਼ ਇਹੀ ਜੀ ਹੈ, ਉਹ ਲਿਵਰ ਦਾ ਬਹੁਤ ਬੜਾ ਦੋਸਤ ਹੈ। ਤਾਂ ਜਿਵੇਂ ਦਾਲ ਬਣਾਈ ਦੁਪਹਿਰੇ ਰਾਤੀ, ਉਹਦੇ 2 ਭਰ ਕੇ ਪਾਤੇ ਕੋਕੋਨਟ ਆਇਲ ਦੇ, ਇਹੀ ਚੀਜ਼ਾਂ ਨੇ। ਸ਼ਰਾਬੀ ਇਹਨੂੰ ਲੜੂਗਾ ਨੀ, ਘੁਗਾਵਾ ਆਜੂਗਾ, ਖੁਦ ਚੁੱਕੇ ਖਾ ਜੂਗਾ। ਤਾਂ ਜਿਵੇਂ ਮੈਂ ਤੁਹਾਨੂੰ ਕਿਹਾ, ਨਿੰਬੂ ਧੱਕਾ 4-5 ਗਲਾਸ ਨਿੰਬੂ ਪਾਣੀ ਦੇ, ਆਮਲੇ ਜਿੰਨੇ ਖਵਾਓਗੇ ਉਨੇ ਘੱਟ। ਆ ਜਿਹੜਾ ਨਿਊਟ੍ਰੀਸ਼ਨ ਪੀਸ ਦੱਸਿਆ, ਬੀ ਕੰਪਲੈਕਸ ਦਾ ਸੋਰਸ ਹੈ, ਇਹ ਦਿਨ ਚ ਘੱਟੋ ਘੱਟ ਮੈਂ 6-6 ਚਮਚ ਜਾਂ 4-4 ਚਮਚ 2 ਵਾਰੀ ਖਵਾ ਦੂੰਗਾ, ਬੜਾ ਸਸਤਾ ਜੀ, ਕੁਛ ਮਹਿੰਗੀ ਚੀਜ਼ ਨਹੀਂ ਹੈ। ਉਹ ਤੋਂ ਬਾਅਦ ਮੈਂ ਜਿਹੜਾ ਆਹ ਦੱਸਿਆ ਤੁਹਾਨੂੰ ਕਿ ਕੋਕੋਨਟ ਆਇਲ, ਇੱਕ ਸ਼ਰਾਬੀ ਦੀ ਹੋਰ ਵਧੀਆ ਤਰੀਕਾ, ਅਗਰ ਘਰ ਵਾਲੀ ਛਡਾਉਣਾ ਚਾਹੁੰਦੀ ਹੈ, ਉਹਨੂੰ ਕਹੇ ਕਿ ਆਪਾਂ ਇਕੱਠੇ ਸੈਰ ਕਰਨੀ, ਡਾਕਟਰ ਨੇ ਕਿਹਾ ਜਿਸ ਟਾਈਮ ਉਹਨੂੰ ਐਂ ਲੱਗਦਾ ਨਾ ਕਿ ਕੁਛ ਘਟਣਾ ਸ਼ੁਰੂ ਹੋ ਗਿਆ, ਮਗਰ ਫਿਰ ਉਹੀ ਕਹੂੰਗਾ, ਦੁਬਾਰਾ ਕਹੂੰਗਾ, ਉਹ ਨਸ਼ੇ ਛਡਾਉਣ ਦੀ ਦਵਾਈ ਨਹੀਂ ਦੇਣੀ, ਉਹ ਵੱਡੇ ਪੱਧਰ ਤੇ ਖਰਾਬ ਕਰ ਦੋਗੇ। ਹਾਂ, ਕਾਫੀ ਅਗਰ ਤੁਹਾਨੂੰ ਔਰਗੈਨਿਕ ਕਾਫੀ ਮਿਲਦੀ ਹੈ, ਉਹਨੂੰ ਤੁਸੀਂ 7 ਔਰਗੈਨਿਕ ਕਾਫੀ ਪਿਲਾ ਦਿਓ। ਇਹ ਹੈ ਉਹ ਲੋਕਾਂ ਲਈ ਜਿਹੜੇ ਛੱਡਣਾ ਨਹੀਂ ਚਾਹੁੰਦੇ, ਘਰ ਦੇ ਛਡਾਉਣਾ ਚਾਹੁੰਦੇ ਨੇ। ਦੇਖੋ ਇਲਾਜ ਹੋਰ ਵੀ ਹੈ, ਹੋਰ ਚੀਜ਼ਾਂ ਨੇ, ਜਿਵੇਂ ਸ਼ਹਿਤੂਤ ਹੈ, ਵਿਟਾਮਿਨ ਸੀ ਹੈ, ਉਹ ਵੀ ਬਹੁਤ ਹੈਲਪ, ਮਗਰ ਉਹ ਹਰ ਵਕਤ ਨਹੀਂ ਮਿਲਦਾ। ਇਹ ਹੈਗੇ ਉਹ ਲੋਕਾਂ ਦੇ ਇਲਾਜ ਜਿਹੜੇ ਲੋਕੀ ਛੱਡਣਾ ਨਹੀਂ ਚਾਹੁੰਦੇ ਤੇ ਘਰ ਵਾਲੇ ਛਡਾਉਣਾ ਚਾਹੁੰਦੇ ਨੇ। ਬਿਲਕੁਲ, ਤੇ ਹੁਣ ਦੱਸੋ ਵੀ ਜਿਹੜੇ ਲੋਕੀ ਛੱਡਣਾ ਚਾਹੁੰਦੇ ਨੇ ਪਰ ਮਨ ਹਰਾਮੀ ਛੱਡਣ ਨਹੀਂ ਦੇ ਰਿਹਾ, ਉਹਨਾਂ ਦਾ ਕੀ ਕਰੀਏ? ਉਹਨਾਂ ਨੇ ਹੁਣ ਦੇਖੋ, ਉਹਨਾਂ ਨੇ ਪਹਿਲੀ ਗੱਲ ਇਹ ਸਮਝਣੀ ਹੈ, ਉਹਨਾਂ ਤੋਂ ਛੱਡ ਕਿਉਂ ਨਹੀਂ ਹੋ ਰਹੇ। ਉਹਨਾਂ ਦਾ ਇੱਕ ਘਰ ਹੈ, ਉਹ ਪੂਰਾ ਨਹੀਂ ਹੋ ਰਿਹਾ, ਉਹੀ ਨਰਵਸ ਸਿਸਟਮ 'ਚ ਵਿਟਾਮਿਨ ਬੀ ਕੰਪਲੈਕਸ ਦੀ ਕਮੀ ਹੈ। ਪਹਿਲੀ ਐਡਵਾਈਸ ਤੁਹਾਨੂੰ ਹੈਗੀ ਹੈ, ਉਹਨਾਂ ਨੇ ਦਿਨ 'ਚ 3 2 ਚਮਚ ਨਿਊਟ੍ਰੀਸ਼ਨਲ ਦੇਣਾ ਹੀ ਲੈਣਾ, ਸਵੇਰੇ ਦੁਪਹਿਰੇ ਸ਼ਾਮ, ਬੜਾ ਸਵਾਦ ਹੈ ਜੀ, ਚੀਜ਼ ਦੇ ਵਰਗਾ ਫਲੇਵਰ ਹੁੰਦਾ। ਉਹਨਾਂ ਨੇ ਸ਼ਾਮ ਨੂੰ 4 ਵਜੇ ਤੇ 1 ਵਾਰੀ 8 ਵਜੇ ਸੇਬ ਦਾ ਸਿਰਕਾ 2 ਚਮਚ ਕੱਸਦੇ ਗਲਾਸ 'ਚ ਸਿੰਪਲ ਪਾਣੀ 'ਚ, ਠੰਡੇ ਪਾਣੀ 'ਚ ਜਾਂ ਉਹ ਗਰਮ ਪਾਣੀ 'ਚ ਨਹੀਂ ਪਾਉਣਾ, ਸਿੰਪਲ ਪਾਣੀ 'ਚ, ਕਹਿੰਦੇ ਕਿ ਜਿਹੜਾ ਜਿਹੋ ਜਿਹਾ ਟੂਟੀ 'ਚ ਪਾਣੀ ਆ ਰਿਹਾ, ਵਿੱਚ ਪੂਰਾ ਨਿਚੋੜ ਕੇ ਵਿੱਚ ਸੇਂਦਾ ਨਮਕ ਪਾ ਕੇ 4 ਵਜੇ ਤੇ 8 ਵਜੇ ਪੀਣਾ ਹੀ ਪੀਣਾ। ਠੀਕ ਹੈ। ਅੱਛਾ, ਤੀਜੀ ਚੀਜ਼ ਇਹਨਾਂ ਨੇ ਸੈਰ ਕਰਨੀ ਹੈ। ਜਦੋਂ ਤੋੜ ਲੱਗਦੀ ਨਾ ਸਰੀਰ ਨੂੰ, ਐਂ ਲੱਗਦਾ ਕੁਛ ਘੱਟ ਰਿਹਾ, ਤੇ ਫਿਰ ਕੀ ਹੁੰਦਾ ਬੰਦੇ ਦੇ ਨਾ, ਆਪਾਂ ਕਹਿੰਦੇ ਸਪੇਸ, ਆਪਣੀ ਸਪੇਸ ਹੁੰਦੀ ਹੈ ਆਪਣੀ, ਕਈ ਵਾਰ ਲੱਗਦਾ ਕਿ ਬਹੁਤ ਖੁੱਲੀ ਹੈ, ਕਈ ਵਾਰ ਲੱਗਦਾ ਲੇੜਿਆ, ਤੋੜ ਲੱਗਦੀ ਹੈ ਜਿਹੜੇ ਆਉਂਦੀ ਹੈ, ਉਹ ਪੈਗ ਲਾ ਕੇ ਲੱਗਦਾ ਆਹ ਤਾਜ਼ਾ ਬਣ ਗਿਆ ਬੰਦਾ। ਜਦੋਂ ਆਪਾਂ ਬਾਹਰ ਆਪਣੀ ਸੈਰ ਕਰਦੇ ਹਾਂ, ਆਪਣੀ ਸਪੇਸ ਖੁੱਲਦੀ ਹੈ, ਮਾਇੰਡ ਖੁੱਲਦਾ। ਤੀਜੀ ਚੀਜ਼, ਚੀਨੀ ਤੋਂ ਦੂਰ ਰਹਿਣਾ, ਚੀਨੀ ਘਟਾ ਦੇਣੀ ਹੈ, ਚੀਨੀ ਤੋਂ ਹੀ ਸ਼ਰਾਬ ਬਣਦੀ ਹੈ। ਉਹ ਸ਼ਰਾਬੀ ਨੂੰ ਅਗਰ ਚੀਨੀ ਖਾਂਦਾ, ਉਹਨੂੰ ਇੱਕ ਤਰ੍ਹਾਂ ਕਹਿੰਦੇ ਚੱਲ ਵੀ ਲਿਆ, ਹੋਰ ਲਿਆ, ਕਰੇਵਿੰਗ ਹੁੰਦੀ, ਕਰੇਵਿੰਗ ਹੁੰਦੀ ਹੈ। ਵਿਟਾਮਿਨ ਸੀ, ਆਮਲੇ ਛੱਡਣਾ ਚਾਹੁੰਦਾ, ਉਹਨੇ 2 ਖਾਣੇ ਨੇ ਸ਼ਾਮੀ, 2 ਰਾਤੀ,
ਆਮਲੇ ਖੱਟੇ ਹੁੰਦੇ ਨੇ ਉਹਦੇ ਜੂਸ ਚੱਲ ਜਾਏਗਾ, ਜੂਸ ਜ਼ਿਆਦਾ ਵਧੀਆ ਹੋਏਗਾ। ਦੇਖੋ ਮੈਂ ਤਾਂ ਫਾਈਬਰ ਨਾਲ ਖਾਂਦਾ। ਨਹੀਂ ਐਲੋਵੀਰਾ, ਐਲੋਵੀਰਾ, ਐਲੋਵੀਰਾ ਆਮਲਾ ਦਾ ਜੂਸ ਇਕੱਠਾ ਹੁੰਦਾ, ਉਹ ਮਿਲਾ ਕੇ ਕੀਤਾ ਜਾਵੇ ਤਾਂ ਜ਼ਿਆਦਾ ਰਿਕਮੈਂਡ ਨਹੀਂ ਕਰਦਾ। ਐਲੋਵੀਰਾ ਆਪਣੇ ਸਹੀ ਨਹੀਂ ਮਿਲਦਾ, ਐਲੋਵੀਰਾ ਦਾ ਇੱਕ ਸਾਇੰਸ ਹੈ, ਉਹ ਬਹੁਤ ਘੱਟ ਲੋਕਾਂ ਨੂੰ ਪਤਾ, ਸਮਝਾ ਕਿਸੇ ਨਾਲ ਗੱਲ ਕਰਾਂਗੇ ਉਹਦੇ ਬਾਰੇ। ਤੇ ਜਿਹੜਾ ਆਮਲਾ ਇਹਨੂੰ ਕੱਚਾ ਖਾ ਜੇ, ਇਹਨੂੰ ਥੋੜਾ ਜਿਹਾ ਬੋਇਲ ਕਰਕੇ ਜੀਰੇ ਦਾ ਤੜਕਾ ਲਾ ਲਏ, ਇਹਦਾ ਅਚਾਰ ਬਣਾ ਲਓ, ਮਗਰ ਮਿੱਠਾ ਨਹੀਂ, ਚੀਨੀ ਵਾਲਾ ਮੁਰੱਬੇ ਵਾਲਾ ਆਮਲਾ ਨਹੀਂ ਖਾਣਾ। ਠੀਕ ਹੈ ਜੀ, ਸੈਰ ਕਰਨੀ ਹੈ, ਜਿਹੜਾ ਬੰਦਾ ਸ਼ਰਾਬ ਆਹ ਛੱਡਣਾ ਚਾਹੁੰਦਾ, ਜਿਹੜਾ ਆਪ ਚਾਹੁੰਦਾ, ਉਹਨੇ ਗੋਭੀ, ਪੱਤਾ ਗੋਭੀ, ਬਰੋਕਲੀ ਦੁਪਹਿਰੇ ਤੇ ਰਾਤੀ ਖਾਣਾ ਹੀ, ਚਾਹੇ ਸਲਾਦ ਬਣਾ ਲਏ, ਚਾਹੇ ਥੋੜੀ ਸੌਟੇ ਕਰ ਲਏ, ਚਾਹੇ ਥੋੜੀ ਸਬਜ਼ੀ ਬਣਾ ਲਏ। ਇਹਨਾਂ ਨੂੰ ਨਾ ਕਰੂਸੀਫਰਸ ਵੈਜੀਟੇਬਲ ਕਹਿੰਦੇ ਆ, ਲਿਵਰ ਸਾਫ਼ ਕਰਦੇ ਆ। ਤੇ ਹਾਂ, ਦਵਾਈ ਕਦੇ ਵੀ ਬੰਦਾ ਵਧੀਆ ਪੀਣ ਲੱਗ ਗਿਆ, ਉਹ ਪਹਿਲੇ ਦਿਨ ਉਹਨੇ ਵਧੀਆ ਮੂੰਹ ਨੂੰ ਲਾਇਆ, ਪਹਿਲੇ ਦਿਨ ਇੱਕ ਪੈਕ, ਫਿਰ ਉਹਨੇ ਹਫ਼ਤੇ ਬਾਅਦ ਦੋ ਪੈਕ ਲਾਉਣੇ ਸ਼ੁਰੂ ਕਰੇ। ਜਦੋਂ ਵੀ ਸ਼ਰਾਬ ਛੱਡਣੀ, ਗਲਤੀ ਨਹੀਂ ਕਰਨੀ, ਇੱਕੋ ਦਿਨ ਛੱਡਦਾ, ਤਿੰਨ ਦਿਨ ਜਾਂ ਨੀਂਦ ਨਾ ਆਉਂਦੀ, ਬੰਦਾ ਕਹਿੰਦਾ ਇਹੀ ਤਿਮਰ ਆ ਗਿਆ ਸਿਆਪਾ, ਮੈਂ ਤਾਂ ਪੀਣ ਲੱਗੀ। ਤੁਸੀਂ ਵਧੀਆ ਪੀਂਦੇ ਸੀ, ਸਮਝੋ ਤੁਸੀਂ ਪੰਜ ਪੈਕ ਲਾਉਂਦੇ ਸੀ, ਤੁਸੀਂ ਚਾਰ ਲਾ ਲਓ ਦੋ ਦਿਨ, ਫਿਰ ਦੋ ਦਿਨ ਬਾਅਦ ਤੁਸੀਂ ਤਿੰਨ ਲਾਓ, ਤਿੰਨ ਦਿਨ, ਫਿਰ ਤਿੰਨ ਦਿਨ ਬਾਅਦ ਤੁਸੀਂ ਦੋ ਲਾਓ, ਦੇਖੋ ਦੋ ਤਿੰਨ ਦਿਨ ਕਿਵੇਂ ਆ। ਫਿਰ ਜਿਹੜੀ ਮੇਰੀ ਸ਼ਿਕਾਇਤ ਉਹ ਨਾਲ ਨਾਲ ਮੰਨੀ ਹੁੰਦੀ ਹੈ। ਫਿਰ ਜਦੋਂ ਦੋ ਚਾਰ ਦਿਨ ਹੋਰ ਟੱਪ ਗਏ, ਇੱਕ ਪੈਗ ਲਾਇਆ, ਫਿਰ ਇੱਕ ਦਿਨ ਛੱਡ ਕੇ ਪੈਗ ਲਾ ਕੇ ਦੇਖਿਆ, ਦੋ ਦਿਨ ਛੱਡ ਕੇ ਪੈਗ ਲਾ ਕੇ ਦੇਖਿਆ। ਦੇਖੋ ਸ਼ਰਾਬੀ ਬਣਨ 'ਚ ਦੋ ਚਾਰ ਅੱਠ ਦਸ ਸਾਲ ਲੱਗਦੇ, ਜੇ ਤਿੰਨ ਹਫ਼ਤੇ ਦੇ ਵਿੱਚ ਤੁਸੀਂ ਇਹਨੂੰ ਕਹਿੰਦੇ ਟੇਪਰਿੰਗ ਆਫ, ਟੇਪਰ ਕਰੀਦਾ, ਜਦ ਵੀ ਕੋਈ ਦਵਾਈ ਛੱਡੀਏ ਟੇਪਰ 'ਤੇ ਛੱਡੀ ਦੀ ਆ, ਟੇਪਰ ਨਹੀਂ ਕਹਿੰਦੇ ਆਪਾਂ, ਟੇਪਰ ਟੇਡ ਟੇਡ 'ਚ, ਹਾਂ ਇਹਨੂੰ ਛੱਡਣ ਦਾ ਤਰੀਕਾ ਕਿ ਪੌੜੀ ਹੌਲੀ ਹੌਲੀ ਉਤਰਨੀ ਹੈ। ਮੈਨੇ ਜੀ, ਮੈਨੇ ਆਪਣੇ ਹੱਥਾਂ ਨਾਲ ਆਪਣੇ ਆਪ ਸ਼ਰਾਬੀ ਸਮੈਕ ਬਹੁਤ ਲੋਕਾਂ ਨੂੰ ਬੜਾ ਕੁਛ ਰੱਖ ਕੇ ਦੇਖਿਆ ਹੋਇਆ, ਮਗਰ ਇਹਦਾ ਰੂਲ ਹੈ ਉਹਨੂੰ ਇੱਕੋ ਦਿਨ ਗੇਰ ਨਹੀਂ ਦੇਣਾ। ਉਹਨੂੰ ਨੀਂਦ ਉੱਡ ਜੂਗੀ, ਜਿੱਥੇ ਨੀਂਦ ਉੱਡ ਜੂਗੀ, ਬੰਦਾ ਕਹਿੰਦਾ ਮੇਰਾ ਕੰਮ ਹੋ ਗਿਆ ਜੀ। ਡਿਪਰੈਸ਼ਨ ਦਾ ਮੇਨ ਸ਼ਿਕਾਰ ਨੀਂਦ ਉੱਡਣਾ ਹੁੰਦਾ, ਜਿੱਥੇ ਨੀਂਦ ਉੱਡ ਗਈ ਬੰਦਾ ਕਹਿੰਦਾ ਮੇਰਾ, ਮੇਰੇ ਤੋਂ ਨਹੀਂ ਕੰਮ ਹੋਣਾ। ਤਾਂ ਉਹਨੂੰ ਛੱਡਣ ਨੂੰ ਪਹਿਲੇ ਦਿਨ ਨਹੀਂ ਛਡਾਣੀ, ਘਰ ਦੇ ਵੀ ਸੋਚ ਰਹੇ ਅੱਜ ਹੀ ਛੱਡ ਦੇ, ਨਹੀਂ। ਇੱਕ ਹੋਰ ਚੀਜ਼ ਹੈ, ਕਦੇ ਵੀ ਸ਼ਰਾਬੀ ਨੂੰ ਕੁੱਟ ਕਲੇਸ਼ ਕਰਕੇ ਨਹੀਂ ਛਡਾਉਣੀ ਦਾਰੂ, ਜਦ ਜਿੰਨਾ ਕਲੇਸ਼ ਹੋਊਗਾ ਓਨੀ ਦਾਰੂ ਪੀਏਗਾ, ਕਿਉਂ ਉਹਨੂੰ ਇੱਕੋ ਚੀਜ਼ ਲੱਗਦੀ ਹੈ, ਉਹਦਾ ਸਲਿਊਸ਼ਨ ਹੀ ਸਾਰੀ ਜ਼ਿੰਦਗੀ ਦਾ ਇੱਕੋ ਹੈ, ਕੁਛ ਵੀ ਹੋ ਜਾਏ ਉਹ ਦਾਰੂ ਸ਼ਰਾਬ ਉਹਨੂੰ ਬਚਾ ਲੈਂਦੀ ਹੈ। ਜੇ ਤੁਸੀਂ ਕਲੇਸ਼ ਕਰਕੇ ਦਾਰੂ ਛਡਾ ਸਕਦੇ ਹੁੰਦੇ, ਉਹਦੇ ਅੱਜ ਕੱਲ੍ਹ ਤਾਂ ਕਹਾਵਤ ਵੀ ਮਸ਼ਹੂਰ ਹੈ ਕਿ ਕੋਈ ਮਰ ਗਿਆ, ਲਿਆ ਯਾਰ ਦਾਰੂ ਪੀਏ, ਬਹੁਤ ਦਿਮਾਗ ਖਰਾਬ ਹੋਇਆ ਪਿਆ, ਦਿਮਾਗ 'ਤੇ ਬੋਝ ਆ। ਜੇ ਕੋਈ ਜੰਮ ਪਿਆ ਤਾਂ ਲਿਆ ਯਾਰ ਖੁਸ਼ੀ ਆ, ਜੇ ਬਹੁਤ ਜ਼ਿਆਦਾ ਦਾਰੂ ਪੀਏ, ਹੈ ਨਾ, ਮਰੇ 'ਚ ਵੀ ਦਾਰੂ ਅਤੇ ਖੁਸ਼ੀ ਵਾਲੇ 'ਚ ਵੀ ਦਾਰੂ, ਉਹ ਬਹਾਨੇ ਲੱਭਦੇ ਨੇ, ਬਹਾਨੇ ਲੱਭਦੇ ਨੇ। ਸ਼ਰਾਬੀ ਇਹਦੀ ਕੀ ਕਰੇ, ਅਡਿਕਟਿਡ ਹੈ, ਮੰਨਦਾ ਨਹੀਂ ਆਪਣੇ ਆਪ ਨੂੰ, ਆਪਣੇ ਆਪ ਨੂੰ ਕਹੇਗਾ ਮੈਂ ਅਡਿਕਟਿਡ ਨਹੀਂ ਹੈ, ਮੈਂ ਛੱਡ ਦੇਣਾ ਦੱਸ ਦਿਨ, ਮੈਂ ਫਲਾਣਾ ਨਵਰਾਤਰੇ ਛੱਡਤੇ ਸੀ, ਮੈਂ ਉਦੋਂ ਛੱਡਤੀ ਸੀ। ਮੈਂ ਤਾਂ ਕਹਿੰਦਾ ਤੂੰ ਡੇਲੀ ਛੱਡ ਕੇ ਦਿਖਾ ਬਈ, ਜੇ ਤੂੰ ਸੱਚੀ ਸ਼ਰਾਬੀ ਨਹੀਂ ਹੈਗਾ, ਛੱਡ ਕੇ ਦਿਖਾ, ਮੈਨੂੰ ਪੱਕੀ ਛੱਡ ਕੇ ਦਿਖਾ। ਨਸ਼ਾ ਤਾਂ ਹਵਾ ਪਾਣੀ ਤੋਂ ਉੱਪਰ ਕੋਈ ਨਸ਼ਾ ਨਹੀਂ ਹੋਇਆ, ਇਸ ਤੋਂ ਉੱਪਰ ਨਸ਼ਾ ਨਹੀਂ ਹੋਣਾ ਚਾਹੀਦਾ। ਮੰਨ ਲਓ ਵੀ ਉਹ ਬੰਦਾ ਨਸ਼ਾ ਉਸਨੇ ਤੁਹਾਡੇ ਫੋਲੋ ਕੀਤਾ, ਤੇ ਉਹ ਕਿੰਨੇ ਦੇਰ ਦੇ ਵਿੱਚ, ਜਿਹੜਾ ਇੱਕ ਮੰਨ ਲਓ ਵੀ ਇੱਕ ਬੰਦਾ ਜਿਹੜਾ ਉਹ ਪੌਣੀ ਬੋਤਲ ਤੇ ਪਹੁੰਚਿਆ ਹੋਇਆ, ਡੇਲੀ ਉਹ ਪੌਣੀ ਬੋਤਲ ਲਾਉਣ ਤੱਕ ਚਲਾ ਗਿਆ, ਘਰੇ ਬਹੁਤ ਬੁਰੀ ਤਰ੍ਹਾਂ ਕਲੇਸ਼ ਪੈ ਰਿਹਾ, ਉਹ ਕਾਫੀ ਦੇਰ ਤੋਂ ਚੱਲ ਰਿਹਾ, ਤੇ ਇੱਥੋਂ ਤੱਕ ਕਿ ਲੀਵਰ ਉਹਦਾ ਕਾਫੀ ਡੈਮੇਜ ਹੋ ਚੁੱਕਿਆ, ਉਸ ਤੋਂ ਬਾਅਦ ਉਹ ਤੁਹਾਡੀ ਜਿਹੜੀ ਕੋਚਿੰਗ ਲੈਂਦਾ ਹੈ, ਤੇ ਉਸ ਤੋਂ ਬਾਅਦ ਉਹ ਕਿੰਨੀ ਦੇਰ ਦੇ ਵਿੱਚ ਉਹ ਬਿਲਕੁਲ ਟੋਟਲੀ ਸ਼ਰਾਬ ਜਿਹੜਾ ਉਹ ਛੱਡ ਦੇਵੇਗਾ? ਅਗਰ ਜੀ ਪੌਣੀ ਬੋਤਲ ਵਾਲਾ ਬੰਦਾ ਇੱਕ ਮਹੀਨਾ ਮੈਕਸੀਮਮ ਬੋਲਦਾ, ਮੈਨੂੰ ਇੱਕ ਮਹੀਨੇ ਤੋਂ ਬਾਅਦ ਇੱਕ ਮਹੀਨਾ ਹੋਰ ਕੋਚ ਕਰੂੰਗਾ ਮੈਂ, ਕਿਉਂਕਿ ਉਹਨੂੰ ਆਪਣੇ ਆਪ ਚ ਕੌਨਫੀਡੈਂਸ ਨਹੀਂ ਚਾਹੀਦਾ, ਛੱਡਣ ਤੋਂ ਬਾਅਦ ਉਹਨੂੰ ਕੌਨਫੀਡੈਂਸ ਵੀ ਚਾਹੀਦਾ। ਦੇਖੋ ਗੱਲ ਦੱਸਦਾ, ਸ਼ਰਾਬ ਦੀ ਪ੍ਰੋਬਲਮ ਹੈ, ਬੰਦੇ ਲੱਗਦਾ ਵੀ ਜ਼ਿੰਦਗੀ ਦੀ ਰੰਗੀਨੀ ਤੇ ਸਿਰਫ ਸ਼ਰਾਬ ਨਾਲ ਹੈ, ਇੱਕ ਕਹਾਣੀ ਹੈ। ਨਸ਼ਾ ਆਪਣੇ ਬ੍ਰੇਨ ਚ ਇੱਕ ਹਾਰਮੋਨ ਬਣਾਉਂਦਾ ਡੋਪਾਮਿਨ, ਡੋਪ ਦਾ ਮਤਲਬ ਨਸ਼ਾ, ਡੋਪਾਮਿਨ ਜਦੋਂ ਨਹੀਂ ਬਣਦਾ ਬੰਦੇ ਨੂੰ ਲੱਗਦਾ ਮੇਰੀ ਜ਼ਿੰਦਗੀ ਚ ਰੰਗ ਰੰਗੀਆਂ ਉੜਦੀਆਂ, ਮੈਂ ਕੰਮ ਕਿਸੇ ਲਈ ਕਰ ਰਿਹਾ, ਮੈਂ ਸਾਰਾ ਦਿਨ ਕੁੱਤੇ ਦੀ ਮੌਤ ਕਿਉਂ ਮਰ ਰਿਹਾ। ਸ਼ਰਾਬੀ ਦਾ ਬੜਾ ਵਧੀਆ ਉਹ ਹੁੰਦਾ, ਮੈਂ ਸਾਰਾ ਦਿਨ ਕੁੱਤੇ ਦੀ ਮੌਤ ਮਰਦਾ, ਸ਼ਰਾਬ ਨੂੰ ਮੈਂ ਦੋ ਸ਼ਾਮ ਨੂੰ ਦੋ ਪੈਗ ਲਾ ਲੈਂਦਾ, ਫਿਰ ਕੀ ਹੋ ਗਿਆ। ਉਹਦੇ ਹਾਰਮੋਨ ਬੋਲ ਰਹੇ ਨੇ ਉਹਨੂੰ, ਉਹ ਜ਼ਿੰਦਗੀ ਚ ਇੱਕ ਚਾਅ ਹੈ, ਐਕਸਾਈਟਮੈਂਟ, ਯੂਫੋਰੀਆ ਕਹਿੰਦੇ, ਉਹ ਸ਼ਰਾਬ ਤੋਂ ਬਿਨਾਂ ਮਿਲਣਾ ਬੰਦ ਹੋ ਜਾਂਦਾ। ਉਹਨੂੰ ਮਹੀਨਾ ਤੋਂ ਦੋ ਮਹੀਨੇ ਲੱਗਦੇ ਦੁਬਾਰਾ ਆਟੋਮੈਟਿਕ ਬਣਨ, ਵਿਟਾਮਿਨਾਂ ਦੀ ਇੰਨੀ ਖੇਡ ਆ ਜੀ, ਵਿਟਾਮਿਨ ਸੀ
विटामिन ई विटामिन बी कॉम्प्लेक्स नैचुरल लभने बड़े औखे मैं लभे हुए ने इंडिया मिलती गोलियां ने मैं पसंद नहीं है मगर जब कहने जब कट लगे गया फिर तो इन्हें सीजा लाना ही पेगा ना हाँ हूँ एक चीज ये दसो कि एक महीना तुम कह रहे हो दिल कट लिया जब तेन ब्याह शादी होगी ना तू पी ली ओन लगता चल हौसला है मेनू जोड़ नहीं वड्या ब्याह शादी से पीऊगा नहीं मगर फिर जब एक मूह दोबारा तंदुरुस्ती का खून लगता है बंदा कहना मेरे तो रुपये यार दोबारा उधर जान दी ऐ तो लग गया सी क्या शादी पे चलाई सी ताए चाचे ने किसी ने अच्छा मान लो भी वो बंदा शराब छड़ देना बहुत सारे शराबियों के बीच इस तरह देखा गया कि जेकर उन्हें शराब छड़ी है तो उन्हें कमजोरी आ गई है उन्हें कम जिहड़ा करता सीगा बिल्कुल डाउन आ गया या फिर उन्हें अंदरों यह जी कोई कमजोरियां आ गई नहीं जिहड़ी कि उन्हें बीमारियां भी चिंबड़ जांदियां ने मतलब ये ना हो की करना पेगा वही गल आ गई जी एक घर पूरा नहीं करया खाली छड़ता सब तो पहला हाथ पैर कंबन लाते जवान थरथरान ला दी है फिर हिलन ला जाके लोगों का उन्होंने नर्वस सिस्टम जरा कि शराब से चल रहा है उस तो पहला विटामिन बी वन से चल रहा है अपने दोनों चीजा छड़ती अमल कहने पंजाबी अमली अमल वह अमल तोड़ता मगर उन्होंने वापस तो पाओ वो अंदर न्यूट्रिशन की डेफिशिएंसी होगी जी इंपॉर्टेंट विटामिन मिनरल घटे थी वो वापस पाने हूँ की हुआ लिवर डैमेज हो गया कहने लिस्का जहा हो गया की होया फिर डैमेज कर दारू वह चला रही थी औखा सौखा एंड लिस्का मार नहीं है दारू ने अपने की कर दारू छड़ाती लिवर उठे का फिर लिस्का हो जाता पर कदे भी जो मैं कहा जब पहला मैं न्यूट्रिशन पानी शुरू करूंगा इधर उसकी हौली हौली पेपर से इन पेपर से नीचे नीचे करूंगा शुरू भी दिन के बीच बीच उन्हें पता भी नहीं लगन देना कुछ हो भी गया वो निगाह वापस आ जूगी वो बाल उड़ने बंद हो जाएंगे अखा से पीलापन लाली चली जाऊगी जीव चिट्टी रहनी बंद हो जूगी बुरी स्मैल चली जाऊगी आजमा ठीक हो जूगा होर तो होर देखो एक गल दस मैं थोनू मैं किसी भी पंजाबी एक सवाल पूछूंगा सच्ची दसी हो क्या तुम चाहोगे थोड़ा बच्चा दारू पीन लगे स्मैक पीन लगे पोस्ट खान लगे जरदा लावे सिगरेट पीवे ਇਹਦਾ ਜਵਾਬ ਹਾਂ ਜਾਂ ਨਾ ਦੱਸੋ ਕੀ ਹੈ ਇਹਦਾ ਜਵਾਬ ਨਾ ਹੈ ਕੋਈ ਵੀ ਜਵਾਬ ਇਹਦਾ ਜਵਾਬ ਨਾ ਹੈ ਤਾਂ ਉਹਦੇ ਸਾਹਮਣੇ ਤੁਸੀਂ ਉਹਦੇ ਸਾਹਮਣੇ ਦੇਖੋ ਮਾਂ ਬਾਪ ਤੋਂ ਬੜਾ ਟੀਚਰ ਕੋਈ ਨਹੀਂ ਹੈ ਮੈਂ ਸ਼ਰਾਬ ਪੀਂਦਾ ਸੀ ਪਤਾ ਕਿਉਂ ਪੀਂਦਾ ਸੀ ਮੈਂ ਸਿਗਰਟ ਪੀਂਦਾ ਸੀ ਦੱਸੋ ਕਿਉਂ ਪੀਂਦਾ ਸੀ ਮੇਰਾ ਡੈਡੀ ਦੋਨੋਂ ਚੀਜ਼ਾਂ ਪੀਂਦਾ ਸੀ ਉਹ ਮੈਨੂੰ ਚਾਹੁੰਦਾ ਸੀ ਮੈਂ ਨਾ ਕਰਾਂ ਮੈਂ ਕਿੱਥੋਂ ਸਿੱਖਿਆ ਮੈਨੂੰ ਲੱਗਿਆ ਓਕੇ ਚੀਜ਼ ਹੈ ਬੱਚੇ ਨੂੰ ਓਕੇ ਕਿੱਥੋਂ ਮਿਲਦੀ ਹੈ ਪਹਿਲੀ ਵਾਰੀ ਟੀਚਰ ਨਹੀਂ ਓਕੇ ਦਿੰਦਾ ਉਹਨੂੰ ਆਇਆ ਚਾਚਾ ਨਹੀਂ ਓਕੇ ਦਿੰਦਾ ਉਹਨੂੰ जे तुम चाहते हो थोड़ा बच्चा शराब ना पीवे स्मैक ना पीवे जरदा ना लावे सिगरेट ना पीवे टीचर कौन है बड़ा सोहना एग्जाम्पल देना साडे इक जानकार सी उन्हां दा बच्चा जब किसी दोस्त दे घर खेलन जांदा सी ना उन्हां हस्के जे वापस मोड़ जांदे सी की होया डैडी सी जी ASI फोन आंदा सी डैडी बहुत सोहनी लैंग्वेज च गल करदे सी मुंडे नूं लैंग्वेज चक ली वो जाके दूजे के घर जब उन्हें मां भैन करी दो बारी अगले कहते यार आ कही जी भाषा निकली छोटे जे बच्चे के मुंह चो कहते इन्हू कि सीख लिया देखो थोड़ा बच्चा हमेशा थानू कॉपी करता है हमेशा बिल्कुल करता है बेटा मैं सारा दिन फोन पे मेरा बेटा सारा दिन फोन पे लोगों को कोचिंग के ड्रामे करके दिखाता मैंने मैं ओदा हुण मैं की सीखी कि जे मैं हेल्दी है मैं अपने बच्चे की प्रोत्साहन दे रही तो मेरा क्वेश्चन आंसर थोड़ा अपना भविष्य है तुम चाहोगे थोड़ा बच्चा कल शराब पी के थोनू कुटे थोड़ी वाइफ नू करो कट दे ना ओदी घर वाली उन्हें छड़ के चली जाए अगर थोड़ा जवाब ना है तो कहते फ्यूचर अज बनाना पैंदा है जे मैं काली खसखस गेरूंगा बिचो डोडे ही निकलणगे गुलाब के फुल नहीं निकलणगे जो बीजोंगे जो बोओगे वह वढोंगे सवाल का जवाब है किसी भी शराबी नूं मैं अंदरों सोचने अपने जमीर नाल गल करन नूं कह रहा मैं मेरी दरखास्त वीर मेरे सच्ची दस तू अपने बच्चे नूं कित्थे चाहना एक होर चीज देखी है भैणां लई सलाह है ना लैसे थोड़ा घर वाला थोनू कुटदा
ਤੁਸੀਂ ਕੁਛ ਖਾ ਲੈਂਦੇ ਹੋ, ਤੁਸੀਂ ਆਪਣੀ ਕੁੜੀ ਨੂੰ ਕੀ ਸਿੱਖਿਆ ਦੇ ਰਹੇ ਹੋ। ਗੁਰੂ ਸਾਹਿਬ ਨੇ ਸਿੰਘ ਤੇ ਕੌਰ ਲਾਇਆ ਸੀ ਪਿੱਛੇ ਨਾਮ ਦੇ, ਮਤਲਬ ਸ਼ੇਰ ਤੇ ਸ਼ੇਰਨੀ। ਸ਼ੇਰਨੀ ਛਿੱਤਰ ਖਾ ਲੇਗੀ, ਮੈਨੂੰ ਮਨਜ਼ੂਰ ਨਹੀਂ ਹੈ ਜੀ, ਮੈਨੂੰ ਇੱਕ ਕਤਰਾ ਮਨਜ਼ੂਰ ਨਹੀਂ ਹੈ। ਆਪਾਂ ਆਪਣੇ ਘਰ ਐਜੂਕੇਸ਼ਨ ਦਿੰਦੇ ਹਾਂ ਬੱਚੇ ਨੂੰ, ਸਕੂਲ ਦਾ ਡਰਾਮਾ ਹੈ, ਉਹ ਦੇਖ ਰਿਹਾ, ਮੰਮੀ ਕਹਿੰਦੀ ਹੈ ਡੈਡੀ ਨੂੰ ਝੂਠ ਬੋਲਦੀ, ਉਹ ਕਹਿੰਦਾ ਝੂਠ ਬੋਲਣਾ ਓਕੇ, ਡੈਡੀ ਪੈਂਟ ਲਾ ਕੇ ਆ ਕੇ ਮਾਰਦਾ ਲੱਤ ਦੌਰ ਤੇ, ਮਾੜਾ ਮੋਟਾ ਪਟਾਪਾ ਵੀ ਕਰ ਦਿੰਦਾ, ਤੇ ਓਕੇ ਹੈ, ਇਹ ਸਾਡੀ ਜ਼ਿੰਦਗੀ ਹੈ। ਨਹੀਂ ਜੀ ਓਕੇ ਨਹੀਂ ਹੈ। ਆਪਾਂ ਸਰਦਾਰ ਕਿਉਂ ਸੀ? ਸਰਦਾਰ ਹਿੰਦੂਆਂ ਚੋਂ ਬਣੀ ਹੋਈ ਕੌਮ ਸੀ ਜਿਹੜੀ ਕਿ ਮੁਸਲਮਾਨਾਂ ਨੂੰ ਲੜਕ ਕੇ ਹਿੰਦੂਆਂ ਨੂੰ ਫਰੀਡਮ ਦਵਾਈ ਸੀਗੀ। ਗੁਰੂ ਸਾਹਿਬ ਨੇ ਉਹਨੂੰ ਇੱਕ ਧਰਮ ਬਣਾਤਾ। ਆਪਾਂ ਵਹਿਮ ਭਰਮਾਂ ਤੋਂ ਦੂਰ ਸੀ, ਆਪਾਂ ਨਸ਼ੇ ਤੋਂ ਦੂਰ ਸੀ, ਨਸ਼ਾ ਨਹੀਂ ਕਰਦੇ ਸੀ, ਆਪਾਂ ਪਾਂਡਿਆਂ ਤੋਂ ਬੇਵਕੂਫ ਨਹੀਂ ਬਣਦੇ ਸੀ। ਅੱਜ ਸਰਦਾਰ ਕੌਮ ਉਸੇ ਪਾਸੇ, ਗੱਲ ਸਮਝੋ ਤੁਸੀਂ ਕਿੱਥੋਂ ਚੱਲੇ ਸੀ ਆਪਾਂ। ਬਿਲਕੁਲ, ਹਿੰਦੂ ਹਿੰਦੂ ਤੋਂ ਬਿਲੋਂਗ ਕਰਦਾ, ਮਗਰ ਮੈਨੂੰ ਸਰਦਾਰ ਕੌਮ ਜ਼ਿਆਦਾ ਪਸੰਦ ਹੈ ਕਿਉਂਕਿ ਵਹਿਮ ਭਰਮਾਂ ਚ ਬਿਲੀਵ ਨਹੀਂ ਕਰਦੀ। ਸਿੱਧੀ ਮਗਰ ਅੱਜ ਦੇ ਟਾਈਮ ਸਰਦਾਰ ਕੌਮ ਕਿੱਥੇ ਚਲੀ ਗਈ ਦੇਖੋ। ਉਹ ਆਪਣਾ ਪੰਜਾਬ ਮਸ਼ਹੂਰ ਸੀ ਜੀ, ਸਾਰੀ ਆਰਮੀ, ਸਾਰੀ ਏਅਰਫੋਰਸ, ਸਾਰੀ ਖੇਡ ਆਪਣੇ ਕੋਲ ਸੀਗੀ, ਸਾਰੇ ਮੈਡਲ ਆਪਣੇ ਸੀ। ਅੱਜ ਹਰਿਆਣਾ ਅੱਗੇ ਹੈ, ਆਪਣਾ ਨਾਮ ਚਲਾ ਗਿਆ। ਅਸੀਂ ਥੋੜੀ ਨਾਮ ਬਣਾਤਾ, ਕਹਿੰਦੇ ਫਿਲਮ ਬਣਾਤੀ, ਉੜਦਾ ਪੰਜਾਬ ਉੜੇ ਰਿਹਾ ਪੰਜਾਬ ਜੀ। ਇਹ ਦਿਲੋਂ ਮੇਰੀ, ਜਿਵੇਂ ਕਹਿੰਦਾ ਮੇਰਾ ਦਿਲੋਂ ਨਿਕਲੀ ਗੱਲ ਹੈ ਕਿ ਭਾਈ ਆਪਣੀ ਸਟੇਟ ਦਾ ਨਾਮ, ਆਪਣੇ ਘਰ ਦਾ ਨਾਮ ਤਾਂ ਟੌਪ ਤੇ ਹੋਣਾ ਚਾਹੀਦਾ, ਤਾਂ ਮਜ਼ਾ। ਸਰਵਿੰਦਰ ਸਿੰਘ ਜੀ, ਇੱਕ ਚੀਜ਼ ਦੱਸੋ, ਤੁਸੀਂ ਇਹ ਸਾਰਾ ਜਿੰਨਾ ਵੀ ਕੋਚਿੰਗ ਦੇਣ ਦੀ ਗੱਲ ਕੀਤੀ ਹੈ ਵੀ ਆਹ ਚੀਜ਼ ਦੇ ਦਾਂਗੇ, ਉਹ ਚੀਜ਼ ਦੇ ਦਾਂਗੇ, ਉਹ ਚੀਜ਼ ਦੇ ਦਾਂਗੇ, ਉਹਦੇ ਨਾਲ ਜਿਹੜੀ ਸ਼ਰਾਬ ਛੁੱਟ ਜਾਏਗੀ ਤੇ ਜਿਹੜੀ ਅੰਦਰ ਨਿਊਟ੍ਰੀਸ਼ਨ ਦੀ ਕਮੀ ਹੋਏਗੀ ਉਹ ਪੂਰੀ ਹੋ ਜਾਏਗੀ ਤਾਂ ਬੰਦਾ ਤੰਦਰੁਸਤ ਵੀ ਰਹੇਗਾ। ਹੁਣ ਥੋੜਾ ਜਿਹਾ ਇਹ ਵੀ ਦੱਸ ਦਿਓ ਵੀ ਤੁਸੀਂ ਮਹੀਨੇ ਦੀ ਗੱਲ ਕੀਤੀ ਹੈ, ਮੰਨ ਲਓ ਆਪਾਂ ਡੇਢ ਮਹੀਨਾ ਵੀ ਲਾ ਲੈਂਦੇ ਹਾਂ, ਦੋ ਮਹੀਨੇ ਵੀ ਲਾ ਲੈਂਦੇ ਹਾਂ, ਤੇ ਉਹ ਬੰਦਾ ਜਿਹੜਾ ਤੁਹਾਡਾ ਇਹ ਜੇ ਤੁਸੀਂ ਖਾਣ ਪੀਣ ਨੂੰ ਕਹਿ ਰਹੇ ਹੋ, ਉਹਦੇ ਤੇ ਕਿੰਨਾ ਕੁ ਖਰਚਾ ਕਰਾ ਦੋਗੇ ਅਗਲੇ ਦਾ, ਤਾਂ ਕਿ ਅਗਲਾ ਵੀ ਥੋੜਾ ਕਾਪੀ ਪੈਨ ਚੱਕ ਕੇ ਲਿਖ ਲਵੇ ਵੀ ਹਾਂ ਇੰਨੇ ਤਾਂ ਨਜ਼ਾਰਾ ਅਸੀਂ ਕਰਾ ਹੀ ਸਕਦੇ ਹਾਂ। ਖਰਚਾ ਜੀ ਦੇਖੋ, ਉਹਦਾ ਖਾਣ ਪੀਣ ਦਾ ਖਰਚਾ ਦੱਸਦਾ ਮੈਂ ਤੁਹਾਨੂੰ, 2000 ਰੁਪਏ ਮਹੀਨੇ ਦਾ ਖਰਚਾ ਨਹੀਂ ਹੈ, 2-2500 ਰੁਪਏ ਬਸ, ਜਿਹੜਾ ਤੁਸੀਂ ਦੱਸ ਰਹੇ ਹੋ, ਜੋ ਕੁਝ ਦੱਸ ਰਹੇ ਹੋ ਵੀ ਉਹ 2000-2500 ਦੇ। ਉਹ ਨੀ, ਮੈਂ ਤਾਂ ਕਹਿ ਰਿਹਾ ਕਿ ਉਹਦਾ ਖਰਚਾ 2000-2500 ਰੁਪਏ। ਸਰ ਮੇਰੇ ਕੋਲ ਕਲਾਇੰਟ ਸੀ ਜੀ, 6 ਮਹੀਨੇ ਕੋਚ ਕਰਿਆ, ਉਹ ਕਹਿੰਦਾ ਮੈਂ ਤੁਹਾਨੂੰ ਜਿੰਨੇ ਪੈਸੇ ਦਿੱਤੇ ਉਸ ਤੋਂ 3 ਗੁਣਾ ਪੈਸੇ ਬਚਾਏ, ਉਹਦੇ ਗੱਲੇ ਦਾ ਡੇਲੀ ਦਾ ਖਰਚਾ ਇੰਨਾ ਜ਼ਿਆਦਾ ਸੀ, ਹੈਨਾ, ਸ਼ਰਾਬ ਤੇ ਜੋ ਜੋ ਫਿਰ ਤੁਹਾਨੂੰ ਪਤਾ ਸ਼ਰਾਬੀ ਕੀ ਨੀ ਕਰਦਾ, ਤਾਂ ਉਹ ਇੰਨਾ ਕੁ ਖਰਚਾ ਬਚਦਾ। ਮੈਂ ਤਾਂ ਸਸਤਾ ਜੀ, ਮੈਂ ਮਹਿੰਗਾ ਨੀ ਹੈ, ਮਤਲਬ ਇਹ ਲਾ ਕੇ ਚੱਲੋ ਵੀ 3000 ਰੁਪਇਆ ਜਾਂ 4000 ਰੁਪਇਆ ਵੀ ਇੱਕ ਬੰਦਾ ਖਰਚੇਗਾ ਮਹੀਨੇ ਦੇ, ਤਾਂ ਉਹ 2 ਮਹੀਨੇ ਦੇ 8000 ਰੁਪਇਆ ਜਿਹੜਾ ਉਹ ਖਾਣ ਪੀਣ ਦੇ ਉੱਤੇ ਜਾਂ ਜੋ ਵੀ ਤੁਸੀਂ ਕਹਿ ਰਹੇ ਹੋ ਖਾਣ ਪੀਣ ਤੇ ਖਰਚ ਕੇ ਤੇ ਉਹ ਉਦੋਂ ਬਾਅਦ ਤੁਹਾਡੀ ਕੋਚਿੰਗ ਲੈਂਦਾ ਨਾਲ, ਤਾਂ ਫਿਰ ਉਹ ਇੰਨੇ 'ਚ ਉਹਦਾ ਜਿਹੜਾ ਸ਼ਰਾਬ ਛੁੱਟ ਸਕਦੀ ਹੈ। ਤਾਂ ਤੁਸੀਂ ਕਮਾਲ ਦੀ ਗੱਲ ਦੱਸ ਦਿੱਤੀ ਜੀ, ਇਹ ਮਤਲਬ ਜੇ ਤੁਹਾਡੇ ਨਾਲ ਕੋਈ ਬੰਦਾ ਚਾਹੇ ਤਾਂ ਤੁਸੀਂ ਮਤਲਬ ਤੁਸੀਂ ਗਰੰਟੀ ਦਿੰਦੇ ਵੀ ਇਹਨਾਂ 'ਚ ਤੁਸੀਂ ਛੁਡਾ ਸਕਦੇ ਹੋ। ਦੇਖੋ ਗਰੰਟੀ ਕਦੇ ਵੀ ਜ਼ਿੰਦਗੀ 'ਚ ਮੈਂ ਕਿਸੇ ਚੀਜ਼ ਨਹੀਂ ਲੈਂਦਾ, ਇੱਕ ਨਾ ਮੈਨੂੰ ਗਰੰਟੀ ਵਰਡ ਪਸੰਦ ਨਹੀਂ ਹੈ। ਗਰੰਟੀ ਤਾਂ ਅਗਲੇ 15 ਮਿੰਟ ਦੀ ਨਹੀਂ ਹੈ ਕਿ ਭੂਕੰਪ ਨਹੀਂ ਆਊਗਾ। ਹਾਂ, ਕੌਨਫੀਡੈਂਸ ਜਿਹੜੀ ਚੀਜ਼ ਹੈ ਉਹ ਕੌਨਫੀਡੈਂਸ ਹੈ। ਕੌਨਫੀਡੈਂਸ ਮੈਂ ਥੋੜ੍ਹਾ ਜਿਹਾ ਇਹਦੇ 'ਚ ਇਹਨੂੰ ਰਿਫਾਈਂਡ ਕਰ ਦਿੰਦਾ ਕਿ ਤੁਹਾਨੂੰ ਪੂਰਾ ਜਿਹੜਾ ਕੌਨਫੀਡੈਂਸ ਆਪਣੇ ਵਿਸ਼ਵਾਸ ਹੈ ਕਿ ਤੁਸੀਂ 2 ਮਹੀਨੇ 'ਚ ਛੁਡਾ ਦੋਗੇ। ਹਾਂਜੀ ਸਰ, ਮੈਂ ਆਪ ਉਹਦਾ ਚੱਲਦਾ ਫਿਰਦਾ ਐਗਜ਼ਾਮਪਲ ਹੈ। ਮੈਂ ਆਪ ਛੱਡੀ ਹੋਈ ਹੈ, ਮੈਨੂੰ ਲੋਕਾਂ ਨੂੰ ਛੁਡਾਈ ਹੋਈ ਹੈ, ਮੈਨੂੰ 8 ਸਾਲ ਹੋ ਗਏ, ਮੈਨੇ ਤੁਪਕਾ ਦਾਰੂ ਨਹੀਂ ਲਿੱਤੀ, ਕਿਉਂ? ਮੈਨੂੰ ਪਤਾ ਮੇਰੇ ਸਰੀਰ ਨਾਲ ਕੀ ਕਰ ਸਕਦੀ ਹੈ ਉਹ। ਤਾਂ ਆਪਾਂ ਆਪਣੇ ਫਿਊਚਰ ਲਈ ਜੀਣਾ, ਕਦੇ ਵੀ ਪ੍ਰੈਜੈਂਟ ਟਾਈਮ ਲਈ ਨਹੀਂ ਜੀਣਾ। ਚੋਰ ਉਚੱਕਾ ਸਿਰਫ ਅੱਜ ਦੀ ਸੋਚਦਾ, ਉਹਦੀ ਸਭ ਤੋਂ ਬੜੀ ਪ੍ਰੋਬਲਮ ਹੈ। ਇੱਕ ਪਾਗਲ ਬੰਦਾ ਪਾਸਟ ਜੀਂਦਾ, ਇੱਕ ਸੁਝਾਊ ਸੋਚ ਵਾਲਾ ਬੰਦਾ ਫਿਊਚਰ ਦੇਖਦਾ, ਉਹ ਕਹਿੰਦਾ ਅਗਰ ਮੈਂ ਇਹ ਗੋਲੀ ਚਲਾਤੀ ਤਾਂ ਮੇਰਾ ਫਿਊਚਰ ਕੀ ਹੈ। ਇੱਕ ਬੇਵਕੂਫ ਬੰਦਾ ਸਿਰਫ ਇੱਕ ਮੌਕੇ ਦੀ ਹੁੜਕ ਦੇਖਦਾ ਆਪਣੀ, ਹੈਨਾ। ਇੱਕ ਸੁਝਾਅ ਵਾਲੇ ਸਹੀ ਲੌਜੀਕਲ ਬੰਦੇ 'ਚ ਤੇ ਇੱਕ ਥੋੜ੍ਹੇ ਜਿਹੇ ਸੰਕੀ ਬੰਦੇ 'ਚ ਕੀ ਫਰਕ ਹੈ? ਸੁਝਾਅ ਸਹੀ ਬੰਦਾ, ਲੌਜੀਕਲ ਬੰਦਾ ਫਿਊਚਰ ਦੇਖਦਾ। ਤੁਸੀਂ ਆਪਣੀ ਲਾਈਫ ਨੂੰ ਕਿੱਥੇ ਲੈ ਕੇ ਜਾਣਾ ਚਾਹੁੰਦੇ ਹੋ, ਉਹ ਤਰੀਕਾ ਅੱਜ ਬਦਲ। ਇੰਨੀ ਗੱਲ, ਬਹੁਤ ਧੰਨਵਾਦ ਜੀ, ਬਹੁਤ ਧੰਨਵਾਦ। ਤੁਸੀਂ ਕਿਹਾ ਮਤਲਬ ਬਹੁਤ ਸਾਰੇ ਘਰਾਂ ਦੇ ਵਿੱਚ ਜਿਹੜੀਆਂ ਬੈਠੀਆਂ ਸਵਾਣੀਆਂ ਹੋਣਗੀਆਂ, ਭੈਣਾਂ, ਮਾਵਾਂ, ਬੱਚੀਆਂ,
ਸਾਰਿਆਂ ਦੇ ਮਨਾਂ ਦੇ ਉੱਤੋਂ ਬੋਝ ਲਾਇਆ ਹੋਏਗਾ ਵੀ ਚਲੋ ਇੰਨੇ ਕੁ ਤਾਂ ਉਹਨਾਂ ਦੀ ਗੁੱਥੀ 'ਚ ਵੀ ਪਏ ਹੋਣਗੇ ਪੈਸੇ ਜਿਹੜੇ ਵੀ ਉਹ ਬਚਾ ਕੇ ਰੱਖੇ ਹੋਏ ਵੀ ਚੱਲ ਆਪਾਂ ਔਖੇ ਵੇਲੇ 'ਤੇ ਇੰਨੇ ਕੁ ਪੈਸੇ ਖਰਚ ਕੇ ਤਾਂ ਉਹ ਆਪਣੇ ਘਰ ਦੇ ਵਿੱਚੋਂ ਇਹ ਬਿਮਾਰੀ ਕਿਸਮ ਦੀ ਬਿਮਾਰੀ ਹੈ ਇਹ ਆਪਣੇ ਘਰ ਦੇ ਵਿੱਚੋਂ ਇਹ ਜਿਹੜੀ ਆ ਭੈੜ ਜਿਹੜੀ ਆ ਉਹ ਬਾਹਰ ਕੱਢ ਕੇ ਅਤੇ ਆਪਣੇ ਪਰਿਵਾਰ ਨੂੰ ਖੁਸ਼ਹਾਲ ਬਣਾ ਸਕਦੀ ਹੈ। ਤੁਹਾਡਾ ਬਹੁਤ ਬਹੁਤ ਧੰਨਵਾਦ। ਮੇਰੇ ਕੋਲ ਇੱਕ ਸੁਝਾਅ ਆਇਆ ਜਿਸ ਤੇ ਮੈਂ ਮਦਦ ਕਰ ਸਕਦਾ, ਬੜੇ ਵਧੀਆ ਤਰੀਕੇ ਨਾਲ। ਮੈਂ ਇੱਕ ਵਟਸਐਪ ਗਰੁੱਪ ਬਣਾ ਦੂੰਗਾ ਇਹੋ ਜਿਹੀ ਭੈਣਾਂ ਲਈ ਜਿਹੜੀਆਂ ਇਕੱਠੀਆਂ ਹੋ ਕੇ ਸਹੇਲੀਆਂ ਗਰੁੱਪ ਬਣਾ ਸਕਦੀਆਂ ਨੇ, ਮੈਂ ਬਣਾਊਂਗਾ ਗਰੁੱਪ ਉਹ, ਸਾਰੇ ਲੋਕ ਮੈਨੂੰ ਰੀਚ, ਉੱਥੇ ਮੈਂ ਉਹਨਾਂ ਨੂੰ ਐਡਵਾਈਸ ਦੇ ਦਿਆ ਕਰੂੰਗਾ ਇਕੱਠੇ। ਕੋਈ ਕਹੂਗਾ ਜਿਹੜਾ ਤੁਸੀਂ ਨਿਊਟ੍ਰੀਸ਼ਨਲਿਸਟ ਕਿਹਾ ਕਿੱਥੋਂ ਮਿਲਦਾ, ਫਿਰ ਮੈਂ ਉੱਥੇ ਲਿੰਕ ਪਾ, ਤਾਂ ਜਿਵੇਂ ਮੈਂ ਹਰ ਵਾਰੀ ਦਰਖਾਸਤ ਕਰਦਾ ਮੈਂ ਇੰਡੀਆ 'ਚ ਨਹੀਂ, ਮੈਂ ਸਾਊਥ ਅਫਰੀਕਾ 'ਚ, ਮੈਨੂੰ ਲੋਕਲ ਕਾਲ ਨਾ ਕਹੀ ਜਾਏ, ਮੈਨੂੰ ₹10 ਇਨਕਮਿੰਗ ਪੈਂਦੀ ਹੈ ਮੈਂ ਬਾਹਰ, ਤਾਂ ਮੈਂ ਵਟਸਐਪ ਨੰਬਰ ਇਹੀ ਨੰਬਰ ਜੋ ਮੈਂ ਹਰ ਵਾਰੀ ਦਿੰਦਾ ਉਹ ਸੇਵ ਕਰ ਲਿਆ ਜਾਵੇ। ਤੁਸੀਂ ਨੰਬਰ ਬੋਲ ਦਿਓ, ਆਪਣਾ ਨੰਬਰ ਬੋਲ ਦਿਓ, ਨੰਬਰ ਬੋਲ ਦਿਓ, 9884 75000 9888475000। ਜੇ ਤੁਸੀਂ ਸੇਵ ਕਰਦੇ ਹੋ 5 ਮਿੰਟ ਲੱਗਦੇ ਆ, ਵਟਸਐਪ ਚੱਕ ਲੈਂਦਾ, ਬੜੇ ਲੋਕਾਂ ਦਾ ਫੋਨ ਆਉਂਦਾ ਉਸ ਦਾ ਵਟਸਐਪ ਤੇ ਹੈ ਨਹੀਂ, ਉਹ ਇੰਟਰਨੈਟ ਮੈਂ ਅਪਡੇਟ ਕਰਦਾ ਵਟਸਐਪ ਨੂੰ, ਤੁਹਾਨੂੰ ਬੰਦ ਕਰਕੇ ਚਲਾਉਣਾ ਪੈਂਦਾ, ਤਾਂ 9884 75000। ਤਾਂ ਆਹ ਕੰਮ ਬਹੁਤ ਵਧੀਆ, ਉਸ 'ਚ ਕੀ ਹੈ ਮੇਰੇ ਉਹ ਜਾ ਜ਼ੋਰ ਨਹੀਂ ਲੱਗੂਗਾ, ਅਤੇ ਮੈਂ ਲੋਕਾਂ ਨੂੰ ਇੱਕ ਗਰੁੱਪ ਬਣਾ ਕੇ ਮਦਦ ਕਰ ਦੂੰ, ਉਹ ਇੱਕ ਦੂਜੇ ਦੀ ਮਦਦ ਕਰ ਸਕਦੀਆਂ, ਇੱਕ ਦੂਜੇ ਨੂੰ ਕੁਸ਼ਚਨ ਪੁੱਛ ਸਕਦੀਆਂ ਹੋਣਗੀਆਂ। ਬਹੁਤ ਧੰਨਵਾਦ ਜੀ, ਬਹੁਤ ਧੰਨਵਾਦ ਤੁਹਾਡਾ। ਹਾਂ ਬਿਲਕੁਲ ਜੀ, ਜੋ ਪਬਲਿਕ ਦੇ ਹਿੱਤ ਵਾਸਤੇ ਹੋਏਗਾ ਉਹ ਨਿਊਜ਼ ਏਸ਼ੀਆ ਪੰਜਾਬੀ ਦਾ ਵਾਅਦਾ ਹੈ, ਉਹ ਹਮੇਸ਼ਾ ਉਹਦੇ ਲਈ ਪਬਲਿਕ ਦੇ ਹਿੱਤ ਲਈ ਖੜਾ ਹੈਗਾ। ਸੋ ਇਹ ਸਨ ਰਵਿੰਦਰ ਸਿੰਘ ਜੀ ਜਿਨ੍ਹਾਂ ਨੇ ਸਾਨੂੰ ਜਾਣਕਾਰੀ ਦਿੱਤੀ ਹੈ ਕਿ ਵੱਡੇ ਤੋਂ ਵੱਡਾ ਸ਼ਰਾਬੀ ਜਿਹੜਾ ਕਿ ਘਰ ਖਰਾਬ ਹੋ ਰਿਹਾ ਜਿਨ੍ਹਾਂ ਕਰਕੇ, ਜਾਂ ਜਿਨ੍ਹਾਂ ਦੇ ਸਰੀਰ ਖਰਾਬ ਹੋ ਰਹੇ ਨੇ, ਮੌਤ ਵੱਲ ਵੱਧ ਰਹੇ ਨੇ, ਪਰਿਵਾਰ ਜਿਹੜਾ ਉਹ ਟੈਨਸ਼ਨ 'ਚ ਹੈ, ਘਰ ਖਾਣ ਨੂੰ ਨਹੀਂ ਹੈਗਾ, ਸਮਾਨ ਵਿਕ ਰਿਹਾ, ਕਰਜ਼ੇ ਸਿਰ 'ਤੇ ਚੜ੍ਹ ਰਹੇ ਨੇ, ਨੌਕਰੀਆਂ ਚੱਲੀਆਂ ਜਾਂਦੀਆਂ ਨੇ, ਜਾਨਾਂ ਚੱਲੀਆਂ ਜਾਂਦੀਆਂ, ਅਤੇ ਸ਼ਰਾਬ ਨਹੀਂ ਛੁੱਟਦੀ। ਸ਼ਰਾਬ ਜਿਹੜਾ ਇੱਕ ਐਸਾ ਨਸ਼ਾ, ਜਦੋਂ ਇਹ ਇਸ ਨੂੰ ਸਰਕਾਰਾਂ ਤਾਂ ਨਸ਼ਾ ਮੰਨਦੀਆਂ ਨਹੀਂ, ਲੇਕਿਨ ਜਿਨ੍ਹਾਂ ਦੇ ਪਰਿਵਾਰਾਂ ਦੇ ਵਿੱਚ ਇਹ ਨਸ਼ਾ ਵੜਿਆ ਹੋਇਆ, ਉਹ ਉਹਨਾਂ ਨੂੰ ਪੁੱਛ ਕੇ ਦੇਖੋ ਵੀ ਉਹਨਾਂ ਦੇ ਘਰ ਦੇ ਹਾਲਾਤ ਕੀ ਨੇ। ਲੇਕਿਨ ਰਵਿੰਦਰ ਸਿੰਘ ਜੀ ਨੇ ਅੱਜ ਜੋ ਤਰੀਕੇ ਦੱਸੇ ਨੇ, ਜੇ ਕੋਈ ਛੱਡਣਾ ਚਾਹੁੰਦਾ ਅਤੇ ਜੇ ਕੋਈ ਨਹੀਂ ਵੀ ਛੱਡਣਾ ਚਾਹੁੰਦਾ, ਉਹਦੀ ਵੀ ਸ਼ਰਾਬ ਕਿਸ ਤਰ੍ਹਾਂ ਛਡਾਈ ਜਾ ਸਕਦੀ ਹੈ, ਅਤੇ ਉਹ ਕੋਈ ਖਰਚਾ ਵੀ ਬਹੁਤਾ ਨਹੀਂ ਦੱਸ ਰਹੇ ਵੀ ਜਿਹਦੇ ਨਾਲ ਜੇ ਤੁਸੀਂ ਕਰਦੇ ਹੋ, ਅਤੇ ਉਹਨਾਂ ਨਾਲ ਉਹ ਜਿਹੜੇ ਸਮਾਨ ਉਹਨਾਂ ਨੇ ਦੱਸਿਆ ਹੈਗਾ, ਜਿੰਨਾ ਕੁ ਉਹ ਦੱਸਿਆ ਵੀ ਆਹ ਚੀਜ਼ ਖਵਾਉਣ ਦੇ ਨਾਲ ਉਹ ਨਸ਼ਾ ਛੁਡਾਇਆ ਜਾ ਸਕਦਾ, ਅਤੇ ਉਹ ਵੀ ਕੋਈ ਬਹੁਤਾ ਮਹਿੰਗਾ ਸਮਾਨ ਨਹੀਂ ਹੈ। ਅਤੇ ਜੇਕਰ ਤੁਸੀਂ ਇਹਨਾਂ ਦੀ ਕੋਚਿੰਗ ਲੈਂਦੇ ਹੋ, ਅਤੇ ਇਹ ਰੋਜ਼ ਹਰ ਰੋਜ਼ ਡੇਲੀ ਦੀ ਡੇਲੀ ਜਿਹੜੀ ਆ ਉਹ ਫੋਨ ਦੇ ਉੱਤੇ ਜਿਹੜੀ ਆ ਉਹ ਤੁਹਾਡੇ ਨਾਲ ਸੰਪਰਕ ਰੱਖਣਗੇ, ਤੁਸੀਂ ਜਿਹੜਾ ਵੀ ਇਹਨਾਂ ਤੋਂ ਸਵਾਲ ਕਰੋਗੇ, ਜੋ ਵੀ ਇਹਨਾਂ ਨਾਲ ਪ੍ਰੋਬਲਮ ਆਏਗੀ, ਤੁਸੀਂ ਇਹਨਾਂ ਨੂੰ ਫੋਨ ਕਰੋਗੇ, ਤੁਹਾਡਾ ਤੁਰੰਤ ਜਵਾਬ ਵੀ ਦੇਣਗੇ, ਅਤੇ ਉਹ ਕੋਚਿੰਗ ਦੇ ਵਿੱਚ ਤੁਸੀਂ ਬੜੇ ਸਹਿਜ ਤਰੀਕੇ ਨਾਲ ਜਿਹੜਾ ਆਪਣੀ ਮੁਸੀਬਤ ਤੋਂ, ਕੋਈ ਵੀ ਮੁਸੀਬਤ ਤੋਂ ਜਿਹੜੀ ਆ ਉਹ ਨਿਜਾਤ ਪਾ ਸਕਦੇ ਹੋ। ਸੋ ਤੁਹਾਨੂੰ ਇਹ ਗੱਲਬਾਤ ਕਿਵੇਂ ਲੱਗੀ, ਆਪਣੀ ਰਾਏ ਸਾਨੂੰ ਸਾਡੇ ਕਮੈਂਟ ਬਾਕਸ ਜ਼ਰੂਰ ਦੇਣਾ। ਜੇਕਰ ਵੀਡੀਓ ਵਧੀਆ ਲੱਗੀ ਹੈ ਤਾਂ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ, ਕਿਉਂਕਿ ਹੋ ਸਕਦਾ, ਹੋ ਨਹੀਂ ਸਕਦਾ, ਬਹੁਤ ਸਾਰੇ ਅਜਿਹੇ ਲੋਕ ਨੇ ਜਿਹੜੇ ਕਿ ਘਰਾਂ 'ਚ ਬੈਠੇ ਨੇ, ਸ਼ਰਾਬ ਛੱਡ ਸਕਦੇ ਨੇ ਜਾਂ ਛੱਡਣਾ ਨਹੀਂ ਚਾਹੁੰਦੇ, ਅਤੇ ਪਰਿਵਾਰ ਉਹਨਾਂ ਦੀ ਸ਼ਰਾਬ ਛੁਡਾਉਣਾ ਚਾਹੁੰਦਾ। ਇਹ ਸਾਰਿਆਂ ਦੇ ਕੰਮ ਵਾਸਤੇ ਹੈ, ਅਤੇ ਜੇਕਰ ਕੋਈ ਇੱਕ ਬੰਦਾ ਵੀ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਸ਼ਰਾਬ ਦੇ ਚੁੰਗਲ 'ਚੋਂ ਨਿਕਲ ਕੇ ਆਪਣੇ ਪਰਿਵਾਰ ਦੇ ਵਿੱਚ ਖੁਸ਼ਹਾਲ ਹੁੰਦਾ, ਤਾਂ ਅਸੀਂ ਸਮਝਾਂਗੇ ਕਿ ਇਸ ਵੀਡੀਓ ਨੂੰ ਬਣਾਉਣ ਦਾ ਮਕਸਦ ਕਾਮਯਾਬ ਰਿਹਾ। ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਅਗਲੀ ਵਾਰ ਫਿਰ ਹਾਜ਼ਰ ਹੋਵਾਂਗੇ ਇੱਕ ਨਵੇਂ ਮੁੱਦੇ, ਇੱਕ ਨਵੇਂ ਮਹਿਮਾਨ ਦੇ ਨਾਲ। ਉਦੋਂ ਤੱਕ ਮੈਨੂੰ ਦਿਓ ਇਜਾਜ਼ਤ। ਧੰਨਵਾਦ।